ਇਹ 5 ਸਦੀਆਂ ਦਾ ਵੈਰ ਹੈ ਜਿਹੜਾ ਪਿੱਪਰ ਨੇ ਜਦੋਂ ਉਹਨੂੰ ਰਾਜਸੀ ਤਾਕਤ ਮਿਲੀ ਤਾਂ ਉਹਨੀ ਇੰਨੇ ਵਿਆਪਕ ਰੂਪ ਦੇ ਵਿੱਚ ਇੰਨੇ ਗੁਰਧਾਮਾਂ ਦੇ ਉੱਪਰ ਇੱਕੋ ਸਮੇਂ ਫੌਜਾਂ ਭੇਜ ਕੇ ਇੰਨੇ ਵੱਡੇ ਫੌਜੀ ਕਾਰਵਾਈ ਨੂੰ ਸਰ ਅੰਜਾਮ ਦੇ ਕੇ ਕੱਢਿਆ। ਇਹ 5 ਸਦੀਆਂ ਦਾ ਵੈਰ ਹੈ ਕਿ ਤੁਸੀਂ 6 ਜੂਨ 1984 ਤੋਂ ਪਹਿਲਾਂ ਕੀ ਸੀਗੇ, ਕੀ ਸੋਚਦੇ ਸੀ, ਕੀ ਕਰਦੇ ਸੀ, ਉਹਦੇ ਵਿੱਚ ਇੱਕਦਮ ਤਬਦੀਲੀ ਆ ਗਈ। ਦਰਬਾਰ ਸਾਹਿਬ ਤੇ ਹੋਰਨਾਂ ਗੁਰਧਾਮਾਂ ਦੇ ਉੱਪਰ ਹਮਲਾ ਕਿਉਂ ਹੋਇਆ, ਇਹਦੇ ਬਾਰੇ ਦੇ ਵਿੱਚ ਬਹੁਤ ਤਰ੍ਹਾਂ ਦੇ ਪੱਖ ਜਿਹੜੇ ਆ ਉਹ ਸਾਹਮਣੇ ਆਏ। ਪ੍ਰਮੁੱਖ ਰੂਪ ਦੇ ਵਿੱਚ ਸਰਕਾਰੀ ਧਿਰ ਦੇ ਵੱਲੋਂ ਜੋ ਰੱਖਿਆ ਗਿਆ ਉਹਨਾਂ ਨੇ ਤਾਂ ਇਹੀ ਪੱਖ ਰੱਖਿਆ ਕਿ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਹਾਲ ਕਰਨ ਦੇ ਵਾਸਤੇ ਅਤੇ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਵਿਗੜਦਾ ਜਾ ਰਿਹਾ ਸੀ, ਉਸ ਮਾਹੌਲ ਨੂੰ ਵਿਗਾੜਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੇ ਦਰਬਾਰ ਸਾਹਿਬ ਦੇ ਭਵਨ ਸਮੂਹ ਨੂੰ ਆਪਣੀ ਪਨਾਹਗਾਹ ਬਣਾਇਆ ਹੋਇਆ ਸੀ, ਉਹਨਾਂ ਨੂੰ ਉੱਥੋਂ ਕੱਢਣ ਦੇ ਵਾਸਤੇ ਇਹ ਕਾਰਵਾਈ ਜਿਹੜੀ ਕੀਤੀ ਗਈ ਕਿ ਜਦੋਂ 1975 ਦੇ ਵਿੱਚ ਇੰਡੀਆ ਦੇ ਵਿੱਚ ਐਮਰਜੈਂਸੀ ਲੱਗੀ ਸੀ, ਉਸ ਐਮਰਜੈਂਸੀ ਦਾ ਸਿੱਖਾਂ ਦੇ ਵੱਲੋਂ ਬੜੇ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਗਿਆ ਸੀ ਅਤੇ ਕਿਉਂਕਿ ਇੰਦਰਾ ਗਾਂਧੀ ਨੇ ਉਹ ਐਮਰਜੈਂਸੀ ਲਾਈ ਸੀ ਇਸ ਕਰਕੇ ਉਹ ਸਿੱਖਾਂ ਤੋਂ ਖਾਰ ਖਾਣ ਲੱਗ ਗਈ, ਉਹਦਾ ਬਦਲਾ ਲੈਣ ਦੇ ਵਾਸਤੇ ਉਹਨੇ ਇਹ ਹਮਲਾ ਕੀਤਾ। ਇੱਕ ਪੱਖ ਇਹ ਚੱਲਦਾ ਰਿਹਾ। ਇਹ ਜਿਹੜਾ ਜ਼ਖਮ ਹੈ 1984 ਦਾ, ਇਹਨੂੰ ਸੂਰਜ ਬਣਾਓ, ਇਹਨੂੰ ਆਪਣੀ ਚੇਤਨਾ ਦਾ ਸੋਮਾ ਬਣਾਓ। ਸੋ ਕੋਈ ਵੀ ਜ਼ਖਮ ਚੇਤਨਾ ਦਾ ਸੋਮਾ ਉਦੋਂ ਬਣਦਾ ਜਦੋਂ ਉਹਦੇ ਵਿੱਚੋਂ ਸਬਕ ਧਾਰਨ ਕੀਤੇ ਜਾਣ, ਅਤੇ ਸਬਕ ਉਸ ਸਮੇਂ ਕੀਤੇ ਜਾਂਦੇ ਆ ਜਦੋਂ ਉਹਨੂੰ ਵਾਰ ਵਾਰ ਪੜਚੋਲਿਆ ਜਾਂਦਾ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ 3 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਬੈਠੀ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਗੱਜ ਕਾਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਸ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਹਾਂ, ਉਹ ਸਾਡੇ ਹਾਲੀਆ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ। ਕਿੰਨੀ ਵੱਡੀ ਆ ਉਹ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਦੋਂ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ ਅਨੇਕਾਂ ਗੁਰਧਾਮਾਂ ਜਿਨ੍ਹਾਂ ਦੀ ਹੁਣ ਹਾਲੀਆ ਖੋਜ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਦੀ ਗਿਣਤੀ 70 ਤੋਂ ਵੀ ਜ਼ਿਆਦਾ ਆ, ਉਹਨਾਂ ਦੇ ਉੱਪਰ ਹਮਲਾ ਹੁੰਦਾ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਜੋ ਗੁਰੂ ਮਹਾਰਾਜ ਵੱਲੋਂ ਵਰੋਸਾਏ ਹੋਏ ਜੁਝਾਰੂ ਯੋਧੇ ਸੀਗੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਇਸ ਦੁਨੀਆਂ ਦੇ ਵਿੱਚ ਵਸਦੇ ਸਿੱਖਾਂ ਦੇ ਵਿੱਚੋਂ ਬੜਿਆਂ ਦੀ ਜ਼ਿੰਦਗੀ ਜਿਹੜੀ ਉਹ ਬਦਲ ਜਾਂਦੀ ਹੈ। ਆਪਣੇ ਦਰਮਿਆਨ ਵੀ ਅੱਜ ਉਹ ਸ਼ਖਸੀਅਤਾਂ ਹਾਜ਼ਰ ਨੇ ਅਤੇ ਬਹੁਤ ਸਾਰੇ ਇਸ ਸੰਸਾਰ ਦੇ ਵਿੱਚ ਮੈਂ ਲੋਕਾਂ ਨੂੰ ਮਿਲਿਆ ਹਾਂ, ਇੱਥੇ ਵੀ, ਪੰਜਾਬ ਦੇ ਵਿੱਚ ਵੀ, ਪੰਜਾਬ ਤੋਂ ਬਾਹਰ ਵੀ, ਅਤੇ ਜਦੋਂ ਵੀ ਉਹਨਾਂ ਦੇ ਨਾਲ ਗੱਲ ਹੋਈ ਉਹਨਾਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦਾ ਸਮਾਂ ਸੀਗਾ, ਉਹਨਾਂ ਨੇ ਇਹ ਗੱਲ ਕਹੀ ਕਿ ਉਹ ਇਸ ਤਰ੍ਹਾਂ ਦਾ ਸਮਾਂ ਸੀਗਾ ਕਿ ਜਦੋਂ ਸਭ ਕੁਛ ਹੀ ਬਦਲ ਗਿਆ ਕਿ ਤੁਸੀਂ 6 ਜੂਨ 1984 ਤੋਂ ਪਹਿਲਾਂ ਕੀ ਸੀਗੇ, ਕੀ ਸੋਚਦੇ ਸੀ, ਕੀ ਕਰਦੇ ਸੀ, ਉਹਦੇ ਵਿੱਚ ਇੱਕਦਮ ਤਬਦੀਲੀ ਆ ਗਈ ਅਤੇ ਸਾਰੇ ਹੀ ਸਿੱਖਾਂ ਦਾ ਮੂੰਹ ਇੱਕ ਵਾਰ ਗੁਰੂ ਖਾਲਸਾ ਪੰਥ ਵੱਲ, ਗੁਰੂ ਗ੍ਰੰਥ ਵੱਲ ਹੋ ਗਿਆ।
ਅਤੇ ਇਤਿਹਾਸ ਦੀਆਂ ਉਹ ਗੱਲਾਂ ਜਿਹੜੀਆਂ ਕਦੇ ਸੁਣੀਆਂ ਸੀਗੀਆਂ ਜਾਂ ਵਿਸਰ ਗਈਆਂ ਸੀ ਮਨਾਂ ਦੇ ਵਿੱਚੋਂ, ਉਹ ਦੁਬਾਰਾ ਚੇਤਿਆਂ ਦੇ ਵਿੱਚ ਬੜੇ ਡੂੰਘੇ ਰੂਪ ਦੇ ਵਿੱਚ ਸਾਹਮਣੇ ਆਈਆਂ। ਇਸ ਗੱਲ ਦੀ ਗਵਾਹੀ ਜੰਗ ਦਾ ਅਤੇ ਸ਼ਹਾਦਤਾਂ ਦਾ ਉਹ ਦੌਰ ਜਿਹੜਾ ਇਸ ਘੱਲੂਘਾਰੇ ਤੋਂ ਬਾਅਦ ਇੱਕ ਦਹਾਕਾ ਪੰਜਾਬ ਦੀ ਧਰਤੀ ਦੇ ਉੱਪਰ ਚੱਲਿਆ, ਉਹਦਾ ਹੁਣ ਜੋ ਇਤਿਹਾਸ ਸਾਹਮਣੇ ਆ ਰਿਹਾ ਉਹਦੀ ਗਵਾਹੀ ਭਰਦਾ। ਸੋ ਕਿਸੇ ਵੀ ਤਰੀਕੇ ਦੇ ਨਾਲ ਇਹ ਕੋਈ ਇਤਿਹਾਸ ਦੀ ਸਧਾਰਨ ਘਟਨਾ ਨਹੀਂ ਸੀਗੀ ਕਿ ਜਿਨ੍ਹਾਂ ਦੇ ਨਾਲ ਵਾਪਰੀ ਉਹਨਾਂ ਤੱਕ ਉਹ ਚੇਤੇ ਰਹਿਣੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਵਿਸਾਰ ਦਿੱਤੀ ਜਾਣੀ ਹੈ, ਬਲਕਿ ਜਿਹੜੇ ਇਸ ਤਰ੍ਹਾਂ ਦੇ ਇਤਿਹਾਸ ਦੇ ਮਹਾਂ ਘਟਨਾਕ੍ਰਮ ਹੁੰਦੇ, ਵੱਡੇ ਘੱਲੂਘਾਰੇ ਹੁੰਦੇ ਨੇ, ਉਹ ਸਦੀਆਂ ਤੱਕ ਨਹੀਂ ਸਦੀਵ ਤੌਰ ਦੇ ਉੱਪਰ ਹੀ ਯਾਦ ਰੱਖੇ ਜਾਂਦੇ ਹੈ। ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਿਨ੍ਹਾਂ ਦਾ ਜਨਮ ਵੀ 1984 ਤੋਂ ਬਾਅਦ ਹੋਇਆ, ਆਪਾਂ ਹੁਣ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਕਿ ਉਹ ਆਪਣੇ ਆਪ ਨੂੰ ਉਸ ਇਤਿਹਾਸ ਦੇ ਨਾਲ, ਉਹ 84 ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਆ। ਉਹ ਇਸੇ ਕਰਕੇ ਹੀ ਮਹਿਸੂਸ ਕਰਦੇ ਆ ਕਿਉਂਕਿ ਜਿਹੜੀ ਕਿਸੇ ਵੀ ਸਮਾਜ ਦੀ ਜਿਹੜੀ ਸਾਂਝੀ ਯਾਦ ਹੈ ਉਹਦੇ ਵਿੱਚ ਉਹ ਚੀਜ਼ਾਂ ਬਹੁਤ ਡੂੰਘੀਆਂ ਉੱਕਰੀਆਂ ਜਾਂਦੀਆਂ ਨੇ। ਕਿਸੇ ਦੇ ਨਾਲ ਸਰੀਰਕ ਰੂਪ ਦੇ ਵਿੱਚ ਜਾਂ ਆਪਦੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੋਇਆ, ਬੇਸ਼ੱਕ ਉਹਨਾਂ ਨੇ ਨਾਂ ਵੀ ਦੇਖਿਆ ਹੋਵੇ, ਉਸ ਸਮੇਂ ਸੰਸਾਰ ਦੇ ਉੱਪਰ ਨਾ ਹੋਣ, ਉਹਨਾਂ ਦਾ ਜਨਮ ਵੀ ਬਾਅਦ ਦੇ ਵਿੱਚ ਹੋਇਆ ਹੋਵੇ, ਪਰ ਉਹ ਆਪਣੇ ਆਪ ਨੂੰ ਉਹਦੇ ਨਾਲ ਜੁੜਿਆ ਮਹਿਸੂਸ ਕਰ ਲੈਂਦੇ ਆ, ਜੋੜ ਲੈਂਦੇ ਆ। ਸੋ ਇਸੇ ਤਰੀਕੇ ਹੀ ਇਹ ਜਿਹੜਾ ਘੱਲੂਘਾਰ ਆ ਇਹਨੂੰ ਸਰਕਾਰ ਨੇ ਕਈ ਤਰ੍ਹਾਂ ਦੇ ਨਾਂ ਦੇਣ ਦੀ ਕੋਸ਼ਿਸ਼ ਕੀਤੀ, ਪਰ ਆਪਾਂ ਦੇਖੀਏ ਕਿ ਅੱਜ 4 ਦਹਾਕੇ ਬਾਅਦ ਜਦੋਂ ਆਪਾਂ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹੈ ਤਾਂ ਸਾਂਝੇ ਰੂਪ ਦੇ ਵਿੱਚ ਸਿੱਖਾਂ ਨੇ ਇਹਨੂੰ ਘੱਲੂਘਾਰਾ ਤਸਲੀਮ ਕਰ ਲਿਆ। ਹਾਲਾਂਕਿ ਜਦੋਂ ਇਹ ਘਟਨਾਕ੍ਰਮ ਵਾਪਰਿਆ ਜਿਸ ਸਮੇਂ 1984 ਦੇ ਵਿੱਚ, ਉਦੋਂ ਇਹੀ ਕੰਡਿਆਲੀ ਤਾਰ ਜਿਹੜੀ ਪੰਜਾਬ ਨੂੰ ਵੰਡਦੀ ਹੈ ਉਹਦੇ ਦੂਸਰੇ ਪਾਸੇ ਲਹਿੰਦੇ ਪੰਜਾਬ ਦੇ ਵਿੱਚ ਇੱਕ ਵੱਡੇ ਮਨ ਨੇ ਜਿਹੜਾ ਕਿ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਸੀਗਾ, ਅਫਜ਼ਲ ਅਹਿਸਨ ਰੰਧਾਵਾ, ਪੰਜਾਬੀ ਦਾ ਬਹੁਤ ਨਾਮਵਰ ਸਾਹਿਤਕਾਰ ਹੋਇਆ, ਉਹਨਾਂ ਦੇ ਵੱਲੋਂ 9 ਜੂਨ 1984 ਨੂੰ ਇੱਕ ਕਵਿਤਾ ਲਿਖੀ ਗਈ। ਉਹਨਾਂ ਨੇ ਉਸ ਕਵਿਤਾ ਦਾ ਜਿਹੜਾ ਸਿਰਲੇਖ ਹੈ ਉਹ ਰੱਖਿਆ ਸੀ ਨਵਾਂ ਘੱਲੂਘਾਰਾ, ਜਿਹਦੇ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਹੋਇਆ ਉਹਦੇ ਦਰਦ ਨੂੰ ਜਿੰਨੀ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਕਿ ਸ਼ਾਇਦ ਕਿਸੇ ਮਨ ਦੇ ਵਿੱਚੋਂ, ਕਲਪਨਾ ਦੇ ਵਿੱਚੋਂ ਜਾਂ ਸੋਚ ਦੇ ਵਿੱਚੋਂ ਸ਼ਬਦ ਨਹੀਂ ਨਿਕਲ ਸਕਦੇ ਜਿਹਦੇ ਉੱਪਰ ਕਿਸੇ ਸਰੀਰ ਦੇ ਉੱਪਰ ਮਹਾਰਾਜ ਦੀ ਕਿਰਪਾ ਹੋ ਜਾਵੇ, ਉਹੀ ਇੰਨੇ ਡੂੰਘੇ ਰੂਪ ਦੇ ਵਿੱਚ ਪੀੜ ਨੂੰ ਉਸ ਸਮੇਂ ਮਹਿਸੂਸ ਕਰਕੇ ਬਿਆਨ ਕਰ ਸਕਦਾ ਜਿਹੜੀ ਕਿ ਉਹਨਾਂ ਨੇ ਉਸ ਕਵਿਤਾ ਦੇ ਵਿੱਚ ਕੀਤੀ। ਸੋ ਅਗਲਾ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਉਹ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਵੱਡੇ ਘਟਨਾਕ੍ਰਮ ਵਾਪਰੇ ਹੁੰਦੇ ਆ, ਜਿਨ੍ਹਾਂ ਨੇ ਸਦੀਆਂ ਤੱਕ ਅਸਰ ਅੰਦਾਜ਼ ਰਹਿਣਾ ਹੁੰਦਾ, ਜਿਨ੍ਹਾਂ ਦੇ ਬਾਰੇ ਦੇ ਵਿੱਚ ਸਾਡੇ ਜਿਹੜੇ ਦਾਨਿਸ਼ਵਰ ਆ ਉਹ ਇਹ ਕਹਿ ਕੇ ਗਏ ਕਿ ਇਹ ਜਿਹੜਾ ਜ਼ਖਮ ਹੈ 1984 ਦਾ, ਇਹਨੂੰ ਸੂਰਜ ਬਣਾਓ, ਇਹਨੂੰ ਆਪਣੀ ਚੇਤਨਾ ਦਾ ਸੋਮਾ ਬਣਾਓ। ਸੋ ਕੋਈ ਵੀ ਜ਼ਖਮ ਚੇਤਨਾ ਦਾ ਸੋਮਾ ਉਦੋਂ ਬਣਦਾ ਜਦੋਂ ਉਹਦੇ ਵਿੱਚੋਂ ਸਬਕ ਧਾਰਨ ਕੀਤੇ ਜਾਣ, ਅਤੇ ਸਬਕ ਉਸ ਸਮੇਂ ਕੀਤੇ ਜਾਂਦੇ ਆ ਜਦੋਂ ਉਹਨੂੰ ਵਾਰ ਵਾਰ ਪੜਚੋਲਿਆ ਜਾਂਦਾ। ਪਿਛਲੇ 40 ਸਾਲਾਂ ਦੇ ਦੌਰਾਨ ਬੇਸ਼ੱਕ ਹਥਿਆਰਬੰਦ ਸੰਘਰਸ਼ ਚੱਲਿਆ, ਸ਼ਹਾਦਤਾਂ ਦਾ ਦੌਰ ਲੰਘਿਆ, ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੀ ਸਰਗਰਮੀ ਹੋਈ, ਵੋਟ ਰਾਜਨੀਤੀ ਦੀ ਵੀ ਸਰਗਰਮੀ ਹੋਈ, ਧਾਰਮਿਕ ਚੋਣਾਂ ਦੀ ਵੀ ਸਰਗਰਮੀ ਹੋਈ, ਉਸ ਤੋਂ ਇਲਾਵਾ ਸਿੱਖ ਸੰਸਥਾਵਾਂ ਦੇ ਵਿੱਚ ਸੁਧਾਰ ਲਿਆਉਣ ਦੀ ਵੀ ਸਰਗਰਮੀ ਹੋਈ,
ਬਹੁਤ ਕੁਝ ਪੰਜਾਬ ਦੇ ਵਿੱਚ ਪਿਛਲੇ 4 ਦਹਾਕਿਆਂ ਦੇ ਦੌਰਾਨ ਵਾਪਰਿਆ, ਪਰ ਇੱਕ ਗੱਲ ਨਿਰੰਤਰ ਇਹ ਵਾਪਰਦੀ ਰਹੀ ਕਿ ਸਿੱਖਾਂ ਨੇ 84 ਨੂੰ ਸਮਝਣ ਦਾ ਆਪਣੇ ਆਪਣੇ ਤੌਰ ਦੇ ਉੱਪਰ ਨਿਰੰਤਰ ਯਤਨ ਜਾਰੀ ਰੱਖਿਆ। ਸੋ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਵਾਸਤੇ ਜਦੋਂ ਅਸੀਂ 4 ਦਹਾਕਿਆਂ ਦੀ ਵਿੱਤ ਦੇ ਉੱਪਰ ਖੜ੍ਹੇ ਹਾਂ ਇਸ ਘਟਨਾਕ੍ਰਮ ਤੋਂ, ਸਾਡੇ ਵਾਸਤੇ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਗੱਲ ਸਮਝੀ ਜਾਵੇ ਕਿ ਸਾਰਾ ਕੁਝ ਕਿਉਂ ਵਾਪਰਿਆ। ਸੋ ਕੁਝ ਇੱਕ ਗੱਲਾਂ ਤੁਹਾਡੇ ਨਾਲ ਇਹਦੇ ਬਾਰੇ ਦੇ ਵਿੱਚ ਸਾਂਝੀਆਂ ਕਰਨੀਆਂ ਨੇ। ਇੱਕ ਗੱਲ ਇਹ ਵੀ ਹੈਗੀ ਹੈ ਕਿ ਹਰ ਇੱਕ ਸਮੇਂ ਦੀ ਇੱਕ ਆਪਣੀ ਸਮਝ ਹੁੰਦੀ ਹੈ, ਕੁਝ ਗੱਲਾਂ ਸਮਾਂ ਪਾ ਕੇ ਸਮਝ ਆਉਣੀਆਂ ਸ਼ੁਰੂ ਹੁੰਦੀਆਂ ਨੇ, ਕੁਝ ਗੱਲਾਂ ਜਿਸ ਤਰ੍ਹਾਂ ਅਸੀਂ ਸਮਝੀਆਂ ਹੁੰਦੀਆਂ ਪਹਿਲਾਂ, ਸਮਾਂ ਪਾ ਕੇ ਸਾਨੂੰ ਲੱਗਦਾ ਕਿ ਨਹੀਂ ਹੁਣ ਦੇ ਸਮੇਂ ਦੇ ਵਿੱਚ ਇਹਨੂੰ ਦੁਬਾਰਾ ਸਮਝਣ ਦੀ ਜ਼ਰੂਰਤ ਹੈਗੀ ਹੈ। ਸੋ ਪਿਛਲੇ ਸਾਰੇ ਸਮੇਂ ਦੇ ਦੌਰਾਨ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਦੇ ਉੱਪਰ ਹਮਲਾ ਕਿਉਂ ਹੋਇਆ, ਇਹਦੇ ਬਾਰੇ ਦੇ ਵਿੱਚ ਬਹੁਤ ਤਰ੍ਹਾਂ ਦੇ ਪੱਖ ਜਿਹੜੇ ਆ ਉਹ ਸਾਹਮਣੇ ਆਏ। ਪ੍ਰਮੁੱਖ ਰੂਪ ਦੇ ਵਿੱਚ ਸਰਕਾਰੀ ਧਿਰ ਦੇ ਵੱਲੋਂ ਜੋ ਰੱਖਿਆ ਗਿਆ, ਉਹਨਾਂ ਨੇ ਤਾਂ ਇਹੀ ਪੱਖ ਰੱਖਿਆ ਕਿ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਹਾਲ ਕਰਨ ਦੇ ਵਾਸਤੇ ਅਤੇ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਵਿਗੜਦਾ ਜਾ ਰਿਹਾ ਸੀ, ਉਸ ਮਾਹੌਲ ਨੂੰ ਵਿਗਾੜਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੇ ਦਰਬਾਰ ਸਾਹਿਬ ਦੇ ਭਵਨ ਸਮੂਹ ਨੂੰ ਆਪਣੀ ਪਨਾਹਗਾਹ ਬਣਾਇਆ ਹੋਇਆ ਸੀ, ਉਹਨਾਂ ਨੂੰ ਉੱਥੋਂ ਕੱਢਣ ਦੇ ਵਾਸਤੇ ਇਹ ਕਾਰਵਾਈ ਜਿਹੜੀ ਕੀਤੀ ਗਈ। ਇਹ ਇਸ ਤਰ੍ਹਾਂ ਦਾ ਪੱਖ ਸੀਗਾ ਜਿਹਨੂੰ ਸਿੱਖਾਂ ਨੇ ਕਦੀ ਵੀ ਨਹੀਂ ਮੰਨਿਆ। ਵੱਡੇ ਰੂਪ ਦੇ ਵਿੱਚ ਸਿੱਖਾਂ ਨੇ ਇਸ ਗੱਲ ਨੂੰ ਕਦੀ ਵੀ ਨਹੀਂ ਮੰਨਿਆ, ਬਲਕਿ ਸਿੱਖਾਂ ਨੇ ਸ਼ੁਰੂ ਤੋਂ ਹੀ ਇਹਨੂੰ ਹਕੂਮਤ ਦੇ ਇੱਕ ਵੱਡੇ ਫੌਜੀ ਹਮਲੇ ਦੇ ਤੌਰ ਦੇ ਉੱਪਰ ਲਿਆ। ਉਹਦੇ ਬਾਰੇ ਦੇ ਵਿੱਚ ਜੋ ਸਿੱਖਾਂ ਦੇ ਵਿੱਚ ਸਮਝ ਪ੍ਰਚਲਿਤ ਹੋਈ, ਸਭ ਤੋਂ ਪਹਿਲਾਂ ਇੱਕ ਵਾਰ ਤਾਂ ਇਹ ਗੱਲ ਸਾਹਮਣੇ ਆਈ ਕਿ ਜਦੋਂ 1975 ਦੇ ਵਿੱਚ ਇੰਡੀਆ ਦੇ ਵਿੱਚ ਐਮਰਜੈਂਸੀ ਲੱਗੀ ਸੀ, ਉਸ ਐਮਰਜੈਂਸੀ ਦਾ ਸਿੱਖਾਂ ਦੇ ਵੱਲੋਂ ਬੜੇ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਗਿਆ ਸੀ, ਅਤੇ ਕਿਉਂਕਿ ਇੰਦਰਾ ਗਾਂਧੀ ਨੇ ਉਹ ਐਮਰਜੈਂਸੀ ਲਾਈ ਸੀ, ਇਸ ਕਰਕੇ ਉਹ ਸਿੱਖਾਂ ਤੋਂ ਖਾਰ ਖਾਣ ਲੱਗ ਗਈ, ਉਹਦਾ ਬਦਲਾ ਲੈਣ ਦੇ ਵਾਸਤੇ ਉਹਨੇ ਇਹ ਹਮਲਾ ਕੀਤਾ। ਇੱਕ ਪੱਖ ਇਹ ਚੱਲਦਾ ਰਿਹਾ, ਇੱਕ ਪੱਖ ਉਹਦੇ ਵਿੱਚ ਇਹ ਵੀ ਚੱਲਦਾ ਰਿਹਾ ਕਿ ਇੰਦਰਾ ਗਾਂਧੀ ਦੀ ਸਿੱਖਾਂ ਦੇ ਨਾਲ ਕੁਛ ਨਿੱਜੀ ਰੰਜਿਸ਼ ਸੀਗੀ, ਜਿਹਦਾ ਹਵਾਲਾ ਇਹ ਦਿੱਤਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਸਮਾਗਮ ਸੀਗਾ। ਉਸ ਸਮਾਗਮ ਦੇ ਵਿੱਚ ਜਦੋਂ ਇੰਦਰਾ ਗਾਂਧੀ ਆਈ ਤਾਂ ਉਸ ਸਮੇਂ ਦੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਉਸ ਸਟੇਜ ਦੇ ਉੱਪਰ ਸੀਗੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਸੀਗਾ। ਜਦੋਂ ਇੰਦਰਾ ਗਾਂਧੀ ਆਈ ਤਾਂ ਸਿੱਖਾਂ ਦੇ ਬਹੁਤ ਸਾਰੇ ਲੀਡਰ ਅਤੇ ਸਿੱਖ ਜਿਹੜੇ ਆ ਉਹ ਇੰਦਰਾ ਗਾਂਧੀ ਦੇ ਆਉਣ ਕਰਕੇ ਖੜ੍ਹੇ ਹੋ ਗਏ, ਅਤੇ ਜਿਸ ਕਰਕੇ ਸੰਤਾਂ ਨੇ ਉਹਨਾਂ ਲੀਡਰਾਂ ਨੂੰ ਵੀ ਫਟਕਾਰ ਪਾਈ ਅਤੇ ਇਹ ਗੱਲ ਕਹੀ ਕਿ ਕੋਈ ਵੀ ਹੁਕਮਰਾਨ ਹੋਵੇ ਉਹ ਗੁਰੂ ਮਹਾਰਾਜ ਤੋਂ ਉੱਪਰ ਨਹੀਂ ਹੈ। ਇਸ ਗੱਲ ਦਾ ਉਹਨੇ ਬੁਰਾ ਮਨਾਇਆ, ਉਹ ਦਮਦਮੀ ਟਕਸਾਲ ਦੇ ਨਾਲ ਖਾਰ ਖਾਂਦੀ ਸੀ, ਇਸ ਕਰਕੇ ਉਹਨੇ ਹਮਲਾ ਕਰ ਦਿੱਤਾ। ਇੱਕ ਗੱਲ ਇਹ ਵੀ ਗਿਣਾਈ ਜਾਂਦੀ ਕਿ ਜਿਹੜਾ ਧਰਮਯੁੱਧ ਮੋਰਚਾ ਚੱਲ ਰਿਹਾ ਸੀਗਾ ਕਿ ਉਸ ਮੋਰਚੇ ਦੇ ਦੌਰਾਨ ਅਕਾਲੀ ਦਲ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਜਿਹੜੀ ਕਣਕ ਦੀ ਫਸਲ ਆ ਰਹੀ ਹੈ ਕਿ ਉਹ ਫਸਲ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਏਗੀ, ਇੰਡੀਆ ਦੇ ਵਾਸਤੇ ਬੜਾ ਵੱਡਾ ਅੰਨ ਸੁਰੱਖਿਆ ਦਾ ਮਸਲਾ ਖੜ੍ਹਾ ਹੋ ਜਾਣਾ ਸੀ, ਇਸ ਕਰਕੇ ਹਮਲਾ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੱਖ ਵੱਖ ਸਮੇਂ ਦੇ ਦੌਰਾਨ ਆਈਆਂ। ਫਿਰ ਇੱਕ ਵਿਸ਼ਲੇਸ਼ਣ ਬੜੇ ਭਾਰੀ ਰੂਪ ਦੇ ਵਿੱਚ ਇਹ ਵੀ ਸਾਹਮਣੇ ਆਇਆ, ਜਿਹੜਾ ਕਿ ਕਈ ਸਿੱਖ ਵਿਦਵਾਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਤਸਦੀਕ ਕੀਤਾ ਗਿਆ ਕਿ ਇਹ ਗੱਲ ਸੀਗੀ। ਉਹਨਾਂ ਦਾ ਇਹ ਕਹਿਣਾ ਕਿ ਅਸਲ ਦੇ ਵਿੱਚ ਇੰਦਰਾ ਗਾਂਧੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਮੈਂ ਜਿੱਤ ਨਹੀਂ ਸਕਦੀ,
ਤੇ ਉਹ ਕੋਈ ਨਾ ਕੋਈ ਜਦੋਂ ਸਿਆਸਤਦਾਨਾਂ ਨੂੰ ਲੱਗੇ ਕਿ ਉਹ ਦੁਬਾਰਾ ਰਾਜ ਸੱਤਾ ਦੇ ਉੱਪਰ ਕਾਬਜ਼ ਨਹੀਂ ਹੋ ਸਕਦੇ ਤੇ ਉਹ ਵੱਡੇ ਘਟਨਾਕ੍ਰਮ ਜਿਹੜੇ ਆ ਉਹ ਖੜੇ ਕਰ ਦਿੰਦੇ ਆ। ਜਿੱਦਾਂ ਜੇ ਹਾਲੀਆ ਮਿਸਾਲ ਦੇਖੀ ਜਾਵੇ ਤੇ 2019 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਪੁਲਵਾਮਾ ਹਮਲਾ ਹੋਇਆ ਉਹਦੇ ਬਾਰੇ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਪਰ, ਹੁਣ ਤਾਂ ਬੀਜੇਪੀ ਦੇ ਵਿੱਚੋਂ ਹੀ ਕੁਛ ਲੀਡਰ ਜਿਹੜੇ ਆ, ਜਿਹੜਾ ਤਤਕਾਲੀ ਗਵਰਨਰ ਹੈ ਉਹਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੋਦੀ ਹੋਣਾ ਨੇ ਉਸ ਹਮਲੇ ਨੂੰ 2019 ਦੀ ਚੋਣ ਦੇ ਵਾਸਤੇ ਵਰਤਿਆ। ਸੋ ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਆ ਉਹ ਸਾਹਮਣੇ ਆਈ ਇਹਨਾਂ ਵਿਸ਼ਲੇਸ਼ਣਾਂ ਦੇ ਵਿੱਚ ਕਿ ਇੰਦਰਾ ਗਾਂਧੀ ਅਸਲ ਦੇ ਵਿੱਚ ਉਹਨੇ ਦੇਖਿਆ ਕਿ ਸਿੱਖ ਜਿਹੜੇ ਨੇ ਬਹੁਤ ਛੋਟੀ ਮਾਈਨੋਰਿਟੀ ਨੇ, ਇਹਨਾਂ ਦੀ ਵੋਟ ਜਿਹੜੀ ਆ ਉਹ ਬਹੁਤ ਜ਼ਿਆਦਾ ਮਾਇਨੇ ਨਹੀਂ ਰੱਖਦੀ, ਪੰਜਾਬ ਵੀ ਮੁਕਾਬਲਤਨ ਛੋਟਾ ਸੂਬਾ ਹੈਗਾ, ਪਰ ਜੇਕਰ ਸਿੱਖਾਂ ਨੂੰ ਦੈਂਤ ਬਣਾ ਕੇ ਪੇਸ਼ ਕਰ ਦਿੱਤਾ ਜਾਵੇ, ਇਹਨਾਂ ਦੇ ਉੱਪਰ ਹਮਲਾ ਕਰਕੇ ਬਾਕੀ ਸਾਰੇ ਇੰਡੀਆ ਦੀ ਹਮਾਇਤ ਲਈ ਜਾ ਸਕਦੀ ਹੈ, ਉਸ ਹਮਾਇਤ ਦੇ ਨਾਲ ਦੁਬਾਰਾ ਸੱਤਾ ਦੇ ਵਿੱਚ ਕਾਬਜ਼ ਹੋਇਆ ਜਾ ਸਕਦਾ। ਇੱਕ ਇਹ ਵੀ ਗੱਲ ਸਾਹਮਣੇ ਆਉਂਦੀ ਰਹੀ ਕਿ ਉਸ ਸਮੇਂ ਰੂਸ ਦਾ ਜਿਹੜਾ ਸੋਵੀਅਤ ਰਸ਼ੀਆ ਸੀਗਾ ਅਤੇ ਅਮਰੀਕਾ ਸੀ, ਇਹਨਾਂ ਦੀ ਆਪਸ ਦੇ ਵਿੱਚ ਇੱਕ ਕਸ਼ਮਕਸ਼ ਜਿਹੜੀ ਆ ਉਹ ਚੱਲ ਰਹੀ ਸੀ, ਪ੍ਰਮੁੱਖ ਰੂਪ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ, ਜਿਹਨੂੰ ਆਪਾਂ ਆਮ ਤੌਰ 'ਤੇ ਇਤਿਹਾਸ ਦੀਆਂ ਕਿਤਾਬਾਂ 10ਵੀਂ ਤੱਕ ਵੀ ਜੇ ਕਿਸੇ ਨੇ ਇਤਿਹਾਸ ਪੜ੍ਹਿਆ ਹੋਵੇ ਤਾਂ ਉਹਦੇ 'ਚ ਕੋਲਡ ਵਾਰ ਦਾ ਜਾਂ ਸ਼ੀਤ ਜੰਗ ਦਾ ਜਿਹੜਾ ਆ ਉਹ ਜ਼ਿਕਰ ਆ ਜਾਂਦਾ। ਸੋ ਉਹ ਸ਼ੀਤ ਜੰਗ ਚੱਲ ਰਹੀ ਸੀ, ਇਸ ਕਰਕੇ ਇਹਨਾਂ ਕੌਮਾਂਤਰੀ ਤਾਕਤਾਂ ਨੇ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਿਹਦੇ ਵਿੱਚ ਇੱਕ ਮਤਿਕਰਿਨ ਜਿਹੜਾ ਕਿ ਰੂਸ ਦੀ ਖੁਫੀਆ ਏਜੰਸੀ KGB ਦਾ ਇੱਕ ਏਜੰਟ ਸੀਗਾ, ਅਤੇ ਬਾਅਦ ਦੇ ਵਿੱਚ ਉਹ ਜਦੋਂ ਸੋਵੀਅਤ ਰਸ਼ੀਆ ਟੁੱਟਿਆ ਤਾਂ ਉਹ ਟਰੱਕ ਭਰ ਕੇ KGB ਦੇ ਖੁਫੀਆ ਦਸਤਾਵੇਜ਼ਾਂ ਦੇ ਉਹ ਯੂਰਪ ਚਲਿਆ ਗਿਆ ਸੀ। ਉਹ 4 ਵੋਲੀਅਮ ਦੇ ਵਿੱਚ ਮਤਿਕਰਿਨਸ ਆਰਕਾਈਵ ਕਰਕੇ ਕਿਤਾਬ ਜਿਹੜੀ ਛਪੀ ਹੋਈ, ਉਹਦੇ ਵਿੱਚ 2 ਚੈਪਟਰ ਇੰਡੀਆ ਦੇ ਨਾਲ ਸੰਬੰਧਿਤ ਨੇ। ਉਹਨਾਂ ਦੇ ਵਿੱਚੋਂ ਇੱਕ ਚੈਪਟਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈਗਾ, ਉਹ ਕਹਿੰਦਾ ਕਿ KGB ਨੇ CIA ਦੇ ਜਿਹੜੇ ਦਸਤਾਵੇਜ਼ ਸੀਗੇ ਲੈਟਰ ਹੈੱਡ ਉਹ ਫੋਰਜ ਕਰਕੇ ਨਕਲੀ ਬਣਾ ਕੇ ਅਤੇ ਉਹਦੇ ਉੱਪਰ ਇਹ ਗੱਲ ਦਰਜ ਦਰਸਾਉਂਦੀ ਜਾਣਕਾਰੀ ਦਰਜ ਕੀਤੀ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦਾ ਧਰਮ ਯੁੱਧ ਮੋਰਚਾ ਚੱਲ ਰਿਹਾ ਇਹਦੇ ਪਿੱਛੇ CIA ਜਿਹੜੀ ਕਿ ਅਮਰੀਕਾ ਦੀ ਖੁਫੀਆ ਏਜੰਸੀ ਹੈ ਅਤੇ ISI ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਨੇ। ਉਹਦੇ ਵਿੱਚ ਉਹਨੇ ਸਾਰਾ ਇਹ ਮਾਹੌਲ ਦਰਸਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਅੱਜ ਵੀ ਬਹੁਤ ਸਾਰੇ ਸਿੱਖ ਇਹ ਮੰਨਦੇ ਆ ਕਿ ਇਸ ਤਰ੍ਹਾਂ ਕੌਮਾਂਤਰੀ ਤਾਕਤਾਂ ਦਾ ਵੀ ਉਹਦੇ ਵਿੱਚ ਆਪਣਾ ਇੱਕ ਰੋਲ ਸੀਗਾ। ਇਹ ਸਾਰੀਆਂ ਗੱਲਾਂ ਨੇ ਹੀ ਕੁਛ ਨਾ ਕੁਛ ਹਿੱਸਾ ਜਿਹੜਾ ਆ ਉਹ ਜ਼ਰੂਰ ਪਾਇਆ, ਜਿਹੜੀ ਇੰਦਰਾ ਗਾਂਧੀ ਦੀ ਸਿੱਖਾਂ ਦੇ ਪ੍ਰਤੀ ਖਾਰ ਸੀਗੀ ਜਾਂ ਐਮਰਜੈਂਸੀ ਦੇ ਵਿੱਚ ਜੋ ਸਿੱਖਾਂ ਨੇ ਭੂਮਿਕਾ ਨਿਭਾਈ ਸੀ, ਖਾਸ ਕਰਕੇ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਜਿਹੜਾ ਜੇਲ੍ਹ ਭਰੋ ਅੰਦੋਲਨ ਚੱਲਿਆ ਉਹਦਾ ਵੀ ਅਸਰ ਸੀਗਾ। ਵਕਤੀ ਹਾਲਾਤ ਦੇ ਤੌਰ ਦੇ ਉੱਪਰ ਜਿਹੜਾ ਅਕਾਲੀ ਦਲ ਦਾ ਅਗਲਾ ਐਲਾਨ ਸੀਗਾ ਉਹਨੂੰ ਵੀ ਮੰਨਿਆ ਜਾ ਸਕਦਾ। ਸੋ ਜਿਹੜੀ ਇਹ ਕੌਮਾਂਤਰੀ ਹਾਲਾਤਾਂ ਵਾਲੀ ਗੱਲ ਹੈ ਇਹ ਵੀ ਮੁਕੰਮਲ ਤੌਰ ਦੇ ਉੱਪਰ ਨਹੀਂ ਨਕਾਰੀ ਜਾ ਸਕਦੀ, ਪਰ ਬੁਨਿਆਦੀ ਤੌਰ ਦੇ ਉੱਪਰ ਇਹ ਹਮਲਾ ਆਪਾਂ ਕਹੀਏ ਕਿ ਸਿਰਫ ਇਹਨਾਂ ਕਾਰਨਾਂ ਕਰਕੇ ਹੋਇਆ ਉਹ ਵੀ ਗੱਲ ਜਿਹੜੀ ਆ ਉਹ ਦਰੁਸਤ ਨਹੀਂ ਹੈਗੀ। ਸੋ ਜੇਕਰ ਰਾਜਨੀਤਿਕ ਪੱਖ ਤੋਂ ਅਤੇ ਸਿਧਾਂਤਕ ਪੱਖ ਤੋਂ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਦੇਖਣਾ ਜ਼ਰੂਰੀ ਹੈਗਾ, ਜੇਕਰ ਅਸੀਂ ਫੌਰੀ ਭਵਿੱਖ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਆ ਕਿ ਆਉਂਦੇ ਸਮੇਂ 'ਚ ਹਾਲਾਤ ਕਿਸ ਤਰ੍ਹਾਂ ਦੇ ਬਣਨ ਜਾ ਰਹੇ ਉਹਨੂੰ ਧਿਆਨ ਦੇ ਵਿੱਚ ਰੱਖਣਾ ਹੋਵੇ ਤਾਂ ਮੈਨੂੰ ਲੱਗਦਾ ਕਿ 2 ਪੱਖ ਸਾਨੂੰ ਦੇਖਣੇ ਚਾਹੀਦੇ। ਪਹਿਲਾਂ ਤਾਂ ਸਿਧਾਂਤਕ ਪੱਖ ਦੇਖਣਾ ਚਾਹੀਦਾ ਕਿ ਜਿਹੜਾ ਦਿੱਲੀ ਦਰਬਾਰ ਹੈ, ਇੰਡੀਅਨ ਸਟੇਟ ਆ, ਉਹ ਜਿੰਨਾ ਨੀਹਾਂ ਦੇ ਉੱਪਰ ਉਸਰੀ ਹੋਈ ਹੈ ਉਹ ਬਿੱਪਰਵਾਦ ਦੀਆਂ ਨੀਹਾਂ ਨੇ, ਅਤੇ ਬਿੱਪਰਵਾਦ ਦੇ ਵਿੱਚ ਵਿਤਕਰੇਬਾਜ਼ੀ, ਸ਼ੋਸ਼ਣ, ਦੂਜਿਆਂ ਨੂੰ ਦੁਬੇਲ ਬਣਾ ਕੇ ਰੱਖਣਾ,
ਆਪ ਦੀ ਸਰਦਾਰੀ ਕਾਇਮ ਕਰਨੀ, ਇਹ ਸਾਰੇ ਤੱਤ ਜਿਹੜੇ ਆ ਉਹ ਹੈਗੇ ਆ। ਵਿਪਰਵਾਦ ਜਾਤ ਪਾਤ ਦੇ ਉੱਪਰ ਆਧਾਰਿਤ ਹੈ, ਉਹ ਨਹੀਂ ਮੰਨਦਾ ਕਿ ਸਾਰੇ ਅਕਾਲ ਪੁਰਖ ਦੀ ਸੰਤਾਨ ਨੇ, ਸਾਰੇ ਬਰਾਬਰ ਨੇ, ਬਲਕਿ ਜਨਮ ਤੋਂ ਹੀ ਊਚ ਨੀਚ ਜਿਹੜੀ ਹੈ ਉਹ ਮੰਨੀ ਜਾਂਦੀ। ਇਹ ਕਿਹਾ ਜਾਂਦਾ ਕਿ ਅਕਾਲ ਪੁਰਖ ਦੇ ਵੱਲੋਂ ਹੀ ਕਿਸੇ ਨੂੰ ਉੱਤਮ ਸਾਜਿਆ ਗਿਆ, ਕਿਸੇ ਨੂੰ ਨੀਵੇਂ ਸਾਜਿਆ ਗਿਆ, ਅਤੇ ਜਿਹੜੇ ਅਖੌਤੀ ਨੀਵੇਂ ਨੇ ਉਹ ਸਦਾ ਵਾਸਤੇ ਨੀਵੇਂ ਹੀ ਰਹਿਣਗੇ। ਫਿਰ ਵਿਪਰਵਾਦ ਦੇ ਵੱਲੋਂ, ਕਿਉਂਕਿ ਉਹ ਜਨਮ ਤੋਂ ਸਭ ਨੂੰ ਇੱਕ ਬਰਾਬਰ ਨਹੀਂ ਮੰਨਦਾ, ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮਾਜਿਕ ਬਰਾਬਰੀ ਹੈ ਜਾਂ ਸਮਾਜਿਕ ਨਿਆਂ ਆ, ਸਭਨਾਂ ਨੂੰ ਬਰਾਬਰ ਦੇ ਮੌਕੇ ਦੇਣ ਦੀ ਗੱਲ ਹੈ, ਸਾਰਿਆਂ ਦੀ ਆਜ਼ਾਦੀ ਦੀ ਗੱਲ ਹੈ, ਸਭ ਨੂੰ ਆਪਣੇ ਫੈਸਲੇ ਆਪ ਲੈਣ ਦਾ ਹੱਕ ਹੋਣ ਦੀ ਗੱਲ ਹੈ, ਉਹ ਬਿਲਕੁਲ ਵੀ ਇਹਨਾਂ ਮਾਨਤਾਵਾਂ ਨੂੰ ਰੱਦ ਕਰਦਾ। ਫਿਰ ਜਿੰਨੇ ਸਰੋਤ ਹੈ ਉਹਨਾਂ ਦੇ ਉੱਪਰ ਵਿਪਰ ਆਪ ਕਬਜ਼ਾ ਕਰਦਾ, ਜਿਹੜਾ ਕਿ ਆਪਾਂ ਉਹਦੀ ਨੀਤੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਹੀ ਦੇਖ ਸਕਦੇ ਹਾਂ ਕਿ ਪੰਜਾਬ ਦੇ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੇ ਉੱਪਰ ਦਿੱਲੀ ਦਰਬਾਰ ਨੇ ਕਬਜ਼ਾ ਕੀਤਾ ਹੋਇਆ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਵੰਡ ਹੋਵੇ ਜਾਂ ਬਾਕੀ ਵੀ ਜਿੰਨੇ ਸਰੋਤ ਹੈਗੇ ਆ, ਉਹ ਸਾਰੇ ਇੰਡੀਅਨ ਕੌਨਸਟੀਟਿਊਸ਼ਨ ਜਿਹੜਾ ਆ ਉਹ ਵੀ ਇਸ ਤਰੀਕੇ ਦੇ ਨਾਲ ਉਸਰਿਆ ਹੋਇਆ ਕਿ ਉਹ ਖਿੱਤਿਆਂ ਨੂੰ, ਲੋਕਾਂ ਨੂੰ ਖੁਦ ਮੁਖਤਿਆਰੀ ਜਾਂ ਆਪਣੇ ਫੈਸਲੇ ਆਪ ਲੈਣ ਦਾ ਹੱਕ ਨਹੀਂ ਦਿੰਦਾ। ਸੋ ਸ਼ੋਸ਼ਣ ਉਹਦੇ ਵਿੱਚ ਸ਼ਾਮਲ ਹੈ। ਇਹ ਸਾਰੀ ਗੱਲ ਹੈਗੀ ਜਿਹੜੀ ਵਿਪਰਵਾਦ ਦੇ ਪੱਖ ਤੋਂ ਹੈ। ਦੂਸਰੇ ਪਾਸੇ ਜੇਕਰ ਆਪਾਂ ਗੁਰਮਤ ਦਾ ਦੇਖੀਏ, ਗੁਰਮਤ ਦੀਆਂ ਜਿਹੜੇ ਬੁਨਿਆਦੀ ਸੰਕਲਪ ਨੇ ਜਾਂ ਆਦਰਸ਼ ਨੇ ਉਹਨਾਂ ਦੇ ਵਿੱਚ ਪਹਿਲਾ ਹੈਗਾ ਸਾਂਝੀਵਾਲਤਾ ਦਾ, ਬਰਾਬਰੀ ਦਾ, ਸਰਬੱਤ ਦੇ ਭਲੇ ਦਾ। ਸੋ ਇਹ ਤਿੰਨ ਚੀਜ਼ਾਂ ਮੁੱਢਲੇ ਰੂਪ ਦੇ ਵਿੱਚ ਇਸ ਤਰ੍ਹਾਂ ਦੀਆਂ ਹੈਗੀਆਂ ਕਿ ਜਿਹੜੇ ਵਿਪਰ ਦੇ ਢਾਂਚੇ ਦੇ ਸਿੱਧੇ ਟਕਰਾਅ ਦੇ ਵਿੱਚ ਆਉਂਦੀਆਂ। ਸਿੱਖੀ ਦੇ ਵਿੱਚ, ਗੁਰਮਤ ਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਇਸ ਦੁਨੀਆਂ ਦੇ ਉੱਪਰ ਜੋ ਵੀ ਜੀਵ ਨੇ ਉਹ ਅਕਾਲ ਪੁਰਖ ਦੇ ਸਾਜੇ ਹੋਏ ਹੈ, ਸਾਰੇ ਮਨੁੱਖ, ਜੇ ਮਨੁੱਖਾਂ ਦੀ ਗੱਲ ਕਰੀਏ ਤਾਂ ਸਾਰੇ ਬਰਾਬਰ ਹੈ, ਏਕ ਪਿਤਾ ਏਕ ਸਕੇ ਹਮ ਬਾਰਕ। ਸੋ ਇਹ ਸਿੱਖੀ ਦਾ ਮੁੱਢਲਾ ਆਦਰਸ਼ ਹੈ ਜਿਹੜਾ ਕਿ ਵਿਪਰਵਾਦ ਦੇ ਟਕਰਾਅ ਦੇ ਵਿੱਚ ਹੈ। ਫਿਰ ਸਿੱਖੀ ਦੇ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਿਹਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਦੁਨੀਆਂ ਦੇ ਵਿੱਚ ਜਿੰਨਾ ਵੀ ਸਰੋਤ ਹੈ ਉਹ ਸਭਨਾ ਜੀਆ ਜਨਤਾ ਦਾ ਸਾਂਝਾ ਆ। ਫਿਰ ਇਸੇ ਤਰੀਕੇ ਦੇ ਨਾਲ ਸਮਾਜਿਕ ਨਿਆਂ ਦੀ ਗੱਲ, ਸਾਰਿਆਂ ਦੇ ਨਾਲ ਬਰਾਬਰੀ ਦੀ ਗੱਲ, ਆਰਥਿਕ ਵਸੀਲੇ ਜਿਹੜੇ ਹੈਗੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਕਰਨ ਦੀ ਗੱਲ, ਤੇ ਸਭ ਤੋਂ ਰਾਜਸੀ ਤੌਰ ਦੇ ਉੱਪਰ ਜਿਹੜੀ ਵੱਡੀ ਗੱਲ ਹੈ ਕਿ ਇੱਕ ਨਿਆਂਪੂਰਨ ਰਾਜ ਦੇਣ ਦੀ ਗੱਲ। ਸੋ ਇਹ ਗੱਲਾਂ ਸਿੱਖੀ ਦੇ ਸਿਧਾਂਤ ਦੇ ਵਿੱਚ ਪਈਆਂ ਹੋਈਆਂ, ਇਸ ਕਰਕੇ ਗੁਰਮਤ ਦਾ ਤੇ ਵਿਪਰਵਾਦ ਦਾ ਜਿਹੜਾ ਟਕਰਾਅ ਆ ਉਹ ਅਟਲ ਹੈ। ਇਹ ਇਸ ਤਰ੍ਹਾਂ ਦੀਆਂ ਦੋ ਚੀਜ਼ਾਂ ਨੇ ਜਿਹੜੀਆਂ ਕੋ ਐਗਜ਼ਿਸਟ ਨਹੀਂ ਕਰ ਸਕਦੀਆਂ। ਊਚ ਨੀਚ ਦਾ ਵਿਚਾਰ, ਮਨੁੱਖ ਨੂੰ ਵੰਡ ਕੇ ਰੱਖਣ ਦਾ ਵਿਚਾਰ, ਉਹਦਾ ਸ਼ੋਸ਼ਣ ਕਰਨ ਦਾ ਵਿਚਾਰ, ਤੇ ਦੂਸਰੇ ਪਾਸੇ ਬਰਾਬਰੀ ਦਾ ਵਿਚਾਰ, ਕਿਰਤ ਕਰਨ ਦਾ ਵਿਚਾਰ, ਸਾਂਝੀਵਾਲਤਾ ਦਾ ਵਿਚਾਰ, ਸਰਬੱਤ ਦੇ ਭਲੇ ਦਾ ਖਿਆਲ, ਇਹ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਸੋ ਇਸ ਕਰਕੇ ਇਹ ਜਿਹੜਾ ਸਿਧਾਂਤਕ ਟਕਰਾਅ ਆ ਇਹ ਬਹੁਤ ਬੁਨਿਆਦੀ ਹੈ। ਇਸੇ ਕਰਕੇ ਹੀ ਜਿੰਨੇ ਨੇ ਵੀ ਇਸ ਗੱਲ ਨੂੰ ਇਸ ਨਜ਼ਰੀਏ ਤੋਂ ਦੇਖਿਆ ਉਹਨਾਂ ਨੇ ਇਹੀ ਕਿਹਾ ਕਿ ਇਹ ਪੰਜ ਸਦੀਆਂ ਦਾ ਵੈਰ ਹੈ ਜਿਹੜਾ ਪਿੱਪਰ ਨੇ, ਜਦੋਂ ਉਹਨੂੰ ਰਾਜਸੀ ਤਾਕਤ ਮਿਲੀ ਤਾਂ ਉਹਨੀ ਇੰਨੇ ਵਿਆਪਕ ਰੂਪ ਦੇ ਵਿੱਚ ਇੰਨੇ ਗੁਰਧਾਮਾਂ ਦੇ ਉੱਪਰ ਇੱਕੋ ਸਮੇਂ ਫੌਜਾਂ ਭੇਜ ਕੇ ਇੰਨੇ ਵੱਡੇ ਫੌਜੀ ਕਾਰਵਾਈ ਨੂੰ ਸਰ ਅੰਜਾਮ ਦੇ ਕੇ ਕੱਢਿਆ। ਇਹ ਪੰਜ ਸਦੀਆਂ ਦਾ ਵੈਰ ਹੈ। ਦੂਸਰੀ ਗੱਲ ਜੇਕਰ ਆਪਾਂ ਕਰੀਏ ਕਿ ਰਾਜਸੀ ਤੌਰ ਦੇ ਉੱਪਰ, ਤਾਂ ਰਾਜਸੀ ਤੌਰ ਦੇ ਜਿਹੜੇ ਹਾਲਾਤ ਸੀਗੇ ਉਸ ਸਮੇਂ ਦੇ, ਖਾਸ ਕਰਕੇ ਜਿਸ ਹਾਲਾਤ ਦੇ ਵਿੱਚ ਸਿੱਖ ਸੀਗੇ
ਉਹ ਬਹੁਤ ਮਹੱਤਵਪੂਰਨ ਹੈ। 1987 ਦੀ ਇੱਕ CIA ਦਾ ਸੀਕਰੇਟ ਡਾਕੂਮੈਂਟ ਹੈ ਜਿਹੜਾ ਕਿ ਉਹਨਾਂ ਨੇ 2011 ਦੇ ਵਿੱਚ ਡੀ ਕਲਾਸੀਫਾਈ ਕੀਤਾ। ਉਹਦਾ ਸਿਰਲੇਖ ਸੀਗਾ ਇੰਡੀਆ ਅਤੇ ਸਿੱਖ। ਉਹਦੇ ਵਿੱਚ ਜਿਹੜੇ CIA ਅਮਰੀਕਾ ਦੀ ਖੂਫੀਆ ਏਜੰਸੀ ਆ, ਉਹ ਆਪ ਦੇ ਵੱਲੋਂ ਇੱਕ ਅਸੈਸਮੈਂਟ ਪੇਸ਼ ਕਰਦੀ ਹੈ। ਉਹ ਦੱਸਦੇ ਨੇ ਕਿ ਜਿਹੜਾ ਇਹ ਟਕਰਾਅ ਚੱਲ ਰਿਹਾ ਇਹ ਕੀ ਹੈ, ਇਹਦੇ ਪਿੱਛੇ ਕੀ ਕਾਰਨ ਨੇ। ਉਹਦੇ ਰਾਹੀਂ ਕਈ ਸਾਰੀਆਂ ਚੀਜ਼ਾਂ ਦੀ ਸ਼ਨਾਖਤ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ, ਜਿਹੜੀਆਂ ਕਿ ਬਿਲਕੁਲ ਸਿਧਾਂਤਕ ਪੱਖ ਨੂੰ ਜੇ ਆਪਾਂ ਛੱਡ ਵੀ ਦਈਏ, ਜਿਹੜੀਆਂ ਬਿਲਕੁਲ ਵਿਹਾਰਕ ਪੱਖ ਤੋਂ ਉਸ ਸਮੇਂ ਦੀ ਸਥਿਤੀ ਆ ਉਹਨੂੰ ਦਰਸਾਉਂਦੀਆਂ ਨੇ। ਉਹਦੇ ਵਿੱਚੋਂ ਇੱਕ ਗੱਲ ਤਾਂ ਇਹ ਹੈ ਕਿ ਸਿੱਖਾਂ ਦੀ ਇਸ ਖਿੱਤੇ ਦੇ ਵਿੱਚ ਇੱਕ ਨਿਆਂਪੂਰਨ ਰਾਜ ਦੇਣ ਦੀ ਰਾਜਨੀਤਿਕ ਹਿਸਟਰੀ ਹੈ, ਜਿਹੜੀ ਕਿ ਬਹੁਤ ਘੱਟ ਇਸ ਖਿੱਤੇ ਦੇ ਵਿੱਚ ਹੋਰਨਾਂ ਲੋਕਾਂ ਦੀ ਨਹੀਂ ਹੈਗੀ, ਹੋਰਨਾਂ ਧਿਰਾਂ ਦੀ ਜਿਹੜੀਆਂ ਇਸ ਵਿਪਰਵਾਦੀ ਸਟੇਟ ਦੇ ਖਿਲਾਫ ਵੀ ਹੋਣ, ਉਹਨਾਂ ਦੀ ਨਹੀਂ ਹੈ। ਸੋ ਸਿੱਖ ਇਸ ਇੱਕ ਗੱਲ ਤੋਂ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੇ ਆ। ਦੂਸਰੀ ਗੱਲ ਕਿ ਜਿਸ ਪੰਜਾਬ ਦੇ ਖਿੱਤੇ ਦੇ ਵਿੱਚ ਦੁਨੀਆ 'ਚ ਇੱਕੋ ਇੱਕ ਇਹ ਪੰਜਾਬ ਦਾ ਖਿੱਤਾ ਹੀ ਹੈ ਜਿਹਦੇ ਵਿੱਚ ਸਿੱਖ ਬਹੁ ਗਿਣਤੀ ਦੇ ਵਿੱਚ ਨੇ। ਸੋ ਇਸ ਖਿੱਤੇ ਦੀ ਇੱਕ ਆਪਣੀ ਅਹਿਮੀਅਤ ਹੈ। ਸਦੀਆਂ ਤੋਂ ਇਹ ਖਿੱਤਾ ਫੌਜਾਂ ਅਤੇ ਵਪਾਰ ਦਾ ਲਾਂਘਾ ਰਿਹਾ। ਜੇਕਰ ਆਪਾਂ ਨਕਸ਼ਾ ਹੀ ਦੇਖ ਲਈਏ ਤਾਂ ਆਪਾਂ ਦੇਖਦੇ ਹਾਂ ਕਿ ਬਿਲਕੁਲ ਨੌਰਥ ਦੇ ਵਿੱਚ ਪਹਾੜ ਨੇ, ਜਿਨ੍ਹਾਂ ਦੇ ਵਿੱਚੋਂ ਬਾਰਾਮਾਸੀ ਰਸਤੇ ਅਤੇ ਸੁਖਾਲੇ ਰਸਤੇ ਨਹੀਂ ਨਿਕਲ ਸਕਦੇ, ਅਤੇ ਬਿਲਕੁਲ ਦੂਸਰੇ ਪਾਸੇ ਜੇਕਰ ਆਪਾਂ ਦੇਖੀਏ ਤਾਂ ਦੁਨੀਆ ਦੇ ਵੱਡੇ ਮਾਰੂਥਲਾਂ ਦੇ ਵਿੱਚੋਂ ਥਾਰ ਮਾਰੂਥਲ ਹੈ ਜਿੱਥੋਂ ਬਾਰਾਮਾਸੀ ਰਸਤੇ ਨਹੀਂ ਚੱਲ ਸਕਦੇ। ਸੋ ਸਦੀਆਂ ਤੋਂ ਹੀ ਪੰਜਾਬ ਹਮਲਾਵਰਾਂ ਦਾ ਵੀ ਇਸੇ ਕਰਕੇ ਹੀ ਵੱਡਾ ਇੱਕ ਇਸ ਖਿੱਤੇ ਦੇ ਵਿੱਚ ਰਾਹੀਂ ਹਮਲੇ ਅੱਗੇ ਇੰਡੀਆ ਦੇ ਵਿੱਚ ਇਸੇ ਕਾਰਨ ਕਰਕੇ ਹੁੰਦੇ ਰਹੇ, ਕਿਉਂਕਿ ਕੁਦਰਤੀ ਤੌਰ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਕੋਰੀਡੋਰ ਜਾਂ ਇੱਕ ਇਸ ਤਰ੍ਹਾਂ ਦਾ ਲਾਂਘਾ ਮੁਹੱਈਆ ਕਰਦਾ। ਪਰ ਜੇ ਦੂਜੇ ਸ਼ਬਦਾਂ ਦੇ ਵਿੱਚ ਦੇਖਿਆ ਜਾਵੇ, ਇਹਦਾ ਭਾਵ ਇਹ ਨਿਕਲਦਾ ਹੈ ਕਿ ਪੰਜਾਬ ਦੇ ਖਿੱਤੇ ਦੀ ਫੌਜੀ ਤੌਰ ਦੇ ਉੱਪਰ ਵੀ ਆਪਣੀ ਅਹਿਮੀਅਤ ਹੈ ਅਤੇ ਵਪਾਰਕ ਤੌਰ ਦੇ ਉੱਪਰ ਵੀ ਆਪਣੀ ਅਹਿਮੀਅਤ ਹੈ। ਅਤੇ ਇਹ ਅਹਿਮੀਅਤ ਪੰਜਾਬ ਦੀ ਅੱਜ ਇੰਨੀ ਤਕਨੀਕ ਸਾਰਾ ਕੁਛ ਵਿਕਸਿਤ ਹੋ ਜਾਣ ਦੇ ਬਾਵਜੂਦ ਇਹ ਅਹਿਮੀਅਤ ਬਿਲਕੁਲ ਬਰਕਰਾਰ ਹੈ। ਸੋ ਇਸੇ ਅਹਿਮੀਅਤ ਦਾ ਜ਼ਿਕਰ ਉਸ ਰਿਪੋਰਟ ਦੇ ਵਿੱਚ ਇਸ ਤਰੀਕੇ ਦੇ ਨਾਲ ਆਉਂਦਾ ਹੈ ਕਿ ਜੇਕਰ ਪੰਜਾਬ ਦੇ ਉੱਪਰ ਕਿਸੇ ਵੀ ਤਰ੍ਹਾਂ ਇੰਡੀਆ ਦਾ ਕੰਟਰੋਲ ਨਾ ਰਹੇ, ਇਹਦਾ ਕਸ਼ਮੀਰ ਦੇ ਨਾਲ ਜਿਹੜਾ ਕਨੈਕਸ਼ਨ ਹੈ ਉਹ ਕੱਟਿਆ ਜਾਂਦਾ। ਕਿਉਂਕਿ ਪੰਜਾਬ ਦੇ ਵਿੱਚੋਂ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ, ਕਸ਼ਮੀਰ ਤੱਕ ਜਿੰਨੀ ਵੀ ਰਸਾਈ ਹੈ ਇੰਡੀਆ ਦੀ ਜ਼ਮੀਨ ਦੇ ਰਸਤੇ, ਉਹ ਸਾਰੇ ਵੱਡੇ ਰਸਤੇ ਪੰਜਾਬ ਤੋਂ ਹੀ ਹੋ ਕੇ ਜਾਂਦੇ ਆ। ਪਿਛਲੇ ਸਾਲਾਂ ਦੇ ਦੌਰਾਨ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪਹਾੜਾਂ ਦੇ ਵਿੱਚੋਂ ਰਸਤੇ ਬਣਾਏ ਜਾਣ, ਰਸਤੇ ਬਣਾਏ ਵੀ ਨੇ, ਪਰ ਉਹ ਰਸਤੇ ਬਾਰਾਮਾਸੀ ਨਹੀਂ ਹੈਗੇ, ਉਹਨਾਂ ਦੇ ਉੱਪਰ ਪੱਕੇ ਤੌਰ ਦੇ ਉੱਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਹੁਣ ਬਰਸਾਤ ਦੇ ਦਿਨ ਆਉਣੇ ਆ, ਤੁਸੀਂ ਖਬਰਾਂ ਪੜ੍ਹ ਲਿਓ ਕਿ ਕਿੰਨੀ ਵੱਡੀ ਪੱਧਰ ਦੇ ਉੱਪਰ ਢਿੱਗਾਂ ਡਿੱਗਣ ਦੇ ਨਾਲ ਉਹ ਰਸਤੇ ਬੰਦ ਹੋ ਜਾਂਦੇ, ਸਿਆਲ ਦੇ ਵਿੱਚ ਬਰਫ਼ਬਾਰੀ ਦੇ ਨਾਲ ਉਹ ਰਸਤੇ ਬੰਦ ਹੋ ਜਾਂਦੇ। ਸੋ ਚਾਹੇ ਰੇਲ ਦੇ ਰਾਹੀਂ ਕਨੈਕਟ ਕਰਨਾ ਹੈ, ਚਾਹੇ ਰੋਡ ਦੇ ਰਾਹੀਂ ਕਨੈਕਟ ਕਰਨਾ ਹੈ, ਇੰਡੀਆ ਦੀ ਪੰਜਾਬ ਦੇ ਉੱਪਰ ਇਹ ਡਿਪੈਂਡੈਂਸੀ ਜਿਹੜੀ ਆ ਉਹ ਬਰਕਰਾਰ ਹੈ ਕਿ ਕਸ਼ਮੀਰ ਤੱਕ ਜੇ ਉਹਨੇ ਰਸਾਈ ਲੈਣੀ ਹੈ ਤਾਂ ਉਹ ਪੰਜਾਬ ਦੇ ਵਿੱਚੋਂ ਹੀ ਲਈ ਜਾ ਸਕਦੀ ਹੈ। ਫਿਰ ਜੇਕਰ ਆਪਾਂ ਦੇਖੀਏ ਕਿ 47 ਤੋਂ ਬਾਅਦ ਸਿੱਖ ਬਿਲਕੁਲ ਹੀ ਉਜੜੀ ਹੋਈ ਸਥਿਤੀ ਦੇ ਵਿੱਚ ਇਸ ਪੰਜਾਬ ਦੇ ਵਿੱਚ ਆਏ, ਪਰ ਉਹਨਾਂ ਨੇ ਆ ਕੇ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ 1984 ਤੱਕ ਜੇਕਰ ਸਿੱਖਾਂ ਦੀ ਮਤਲਬ ਸਮਰੱਥਾ ਨੂੰ ਦੇਖਿਆ ਜਾਵੇ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਫੈਕਟਰ ਬਣਦੀ ਹੈ ਕਿ ਉਸ ਸਮੇਂ ਤੱਕ ਇੰਡੀਆ ਆਪਣੇ ਵਿਦੇਸ਼ੀ ਜਿਹੜਾ
ਉਹਦਾ ਡਿਫੈਂਸ ਹੈ, ਐਕਸਟਰਨਲ ਡਿਫੈਂਸ, ਉਹਦੇ ਵਾਸਤੇ ਸਿੱਖਾਂ ਦੇ ਉੱਪਰ ਨਿਰਭਰ ਸੀਗਾ, ਕਿਉਂਕਿ ਸਿੱਖ ਫੌਜਾਂ ਦੀ ਗਿਣਤੀ ਅਤੇ ਸਮਰੱਥਾ ਉਹ ਪਿਛਲੀਆਂ ਜੰਗਾਂ ਨੇ ਦਿਖਾ ਦਿੱਤੀ ਸੀ ਕਿ ਕਿੰਨੀ ਜ਼ਿਆਦਾ ਆ। ਇੰਡੀਆ ਆਪਣੇ ਅੰਨ ਦੀ ਸੁਰੱਖਿਆ ਦੇ ਵਾਸਤੇ ਸਿੱਖਾਂ ਦੇ ਉੱਪਰ ਅਤੇ ਪੰਜਾਬ ਦੇ ਉੱਪਰ ਨਿਰਭਰ ਸੀਗਾ, ਕਿਉਂਕਿ ਇੱਥੋਂ ਹੀ ਵੱਡਾ ਅੰਨ ਪੂਰਤੀ ਜਿਹੜੀ ਆ ਉਹ ਇੰਡੀਆ ਦੀ ਹੁੰਦੀ ਸੀ। ਇਸੇ ਤਰ੍ਹਾਂ ਜਿੰਨੇ ਉਸ ਸਮੇਂ ਤੱਕ ਕੋਰ ਸੈਕਟਰ ਸੀਗੇ, ਜਿੰਨਾ ਇੰਡੀਆ ਦੇ ਵਿੱਚ ਵਿਕਾਸ ਦਾ ਕਾਰਜ ਚੱਲ ਰਿਹਾ ਸੀ, ਉਹਦੇ ਵਿੱਚ ਵੀ ਜਿੱਦਾਂ ਆਵਾਜਾਈ ਉਸ ਸਮੇਂ ਇੱਕ ਬੜਾ ਵੱਡਾ ਫੈਕਟਰ ਸੀ, ਟਰਾਂਸਪੋਰਟੇਸ਼ਨ, ਕਿਉਂਕਿ ਜਦੋਂ ਤੁਹਾਡੇ ਇੰਡਸਟਰੀਲਾਈਜੇਸ਼ਨ ਕਿਸੇ ਵੀ ਖਿੱਤੇ ਦੇ ਵਿੱਚ ਹੁੰਦੀ ਹੈ ਅਤੇ ਕੱਚਾ ਮਾਲ ਲੈ ਕੇ ਜਾਣਾ ਅਤੇ ਬਣਿਆ ਹੋਇਆ ਮਾਲ ਅੱਗੇ ਲੈ ਕੇ ਆਉਣਾ, ਇਹ ਸਾਰਾ ਹੀ ਟਰਾਂਸਪੋਰਟੇਸ਼ਨ ਦੇ ਉੱਪਰ ਨਿਰਭਰ ਕਰਦਾ। ਅਤੇ ਜਿੰਨੇ ਵੀ ਉਮਰ ਦਰਾਜ਼ ਕੋਈ ਮੇਰੇ ਤੋਂ ਵੱਧ ਉਮਰ ਵਾਲੇ ਬੈਠੇ ਹੋ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇਹ ਇੱਕ ਇਸ ਤਰ੍ਹਾਂ ਦਾ ਸੈਕਟਰ ਸੀਗਾ ਜਿਹਦੇ ਵਿੱਚ ਸਿੱਖਾਂ ਦੀ ਲਗਭਗ ਮੋਨੋਪਲੀ ਸੀਗੀ। ਸੋ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਸੈਕਟਰ ਹੈ, ਚਾਹੇ ਉਹ ਥੋਕ ਦਾ ਵਪਾਰ ਸੀ, ਉਹਦੇ ਵਿੱਚ ਵੀ ਸਿੱਖਾਂ ਦੀ ਹਿੱਸੇਦਾਰੀ ਸੀਗੀ। ਸੋ ਕਹਿਣ ਦਾ ਭਾਵ ਇਹ ਹੈ ਕਿ ਇੰਡੀਆ ਦੇ ਵਿੱਚ ਬਿਲਕੁਲ ਤਾਕਤ ਦੇ ਕੇਂਦਰੀਕਰਨ ਦਾ ਦੌਰ ਚੱਲ ਰਿਹਾ ਸੀ ਇੰਦਰਾ ਗਾਂਧੀ ਦੇ ਸਮੇਂ, ਅਤੇ ਬਿਲਕੁਲ ਉਸੇ ਸਮੇਂ ਸਿੱਖ ਆਪਣੀ ਇੱਕ ਬੜੀ ਸਮਰੱਥਾ ਜਿਹੜੀ ਆ ਉਹ ਗ੍ਰਹਿਣ ਕਰ ਚੁੱਕੇ ਸੀਗੇ, ਸਮਰੱਥਾਵਾਨ ਹੋ ਚੁੱਕੇ ਸੀ। ਉਸ ਤੋਂ ਅਗਲੀ ਗੱਲ ਇਹ ਵਾਪਰੀ ਕਿ ਜਦੋਂ ਉਹ ਬਿਲਕੁਲ ਇਹ ਉਮੀਦ ਨਹੀਂ ਸੀ ਕਰ ਰਹੇ, ਜਦੋਂ ਉਹਨੇ ਐਮਰਜੈਂਸੀ ਲਗਾਈ ਹੈ ਪੂਰੇ ਇੰਡੀਆ ਦੇ ਵਿੱਚ, ਐਮਰਜੈਂਸੀ ਦਾ ਵਿਰੋਧ ਕਰਨ ਵਾਲਿਆਂ ਨੂੰ ਦਰੜਿਆ, ਇੱਕਦਮ ਅਚਾਨਕ ਜਿੱਦਾਂ ਕਹਿੰਦੇ ਆ ਕਿ ਖਲਾਅ ਦੇ ਵਿੱਚੋਂ ਕੋਈ ਨਿਕਲ ਕੇ ਪ੍ਰਗਟ ਹੋ ਜਾਂਦਾ ਕਿ ਸਿੱਖ ਬੜੇ ਵਿਆਪਕ ਰੂਪ ਦੇ ਵਿੱਚ ਸਾਹਮਣੇ ਆਏ, ਅਤੇ ਸਭ ਤੋਂ ਸਫਲ ਵਿਰੋਧ ਜਿਹੜਾ ਸੀ ਉਹ ਦਰਜ ਕਰਾਇਆ। ਉਹਦਾ ਅਸਰ ਇਹ ਹੋਇਆ ਕਿ ਜਿੰਨੇ ਇਸ ਖਿੱਤੇ ਦੇ, ਇਸ ਸਬ ਕੌਂਟੀਨੈਂਟ ਦੇ ਬਾਕੀ ਸੰਘਰਸ਼ੀ ਲੋਕ ਸੀਗੇ, ਉਹ ਸਿੱਖਾਂ ਦੇ ਸਿਧਾਂਤ ਕਰਕੇ, ਸਿੱਖਾਂ ਦੇ ਰਾਜਨੀਤਿਕ ਇਤਿਹਾਸ ਕਰਕੇ ਅਗਵਾਈ ਦੇ ਵਾਸਤੇ ਸਿੱਖਾਂ ਵੱਲ ਨੂੰ ਦੇਖਣ ਲੱਗ ਗਏ। ਸੋ ਰਾਜਨੀਤਿਕ ਪੱਖ ਤੋਂ ਇਹ ਪੱਖ ਜਿਹੜਾ ਆ ਇਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਕਰਕੇ ਹੀ ਉਹਨਾਂ ਨੇ 1977 ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਕਿ ਜਿਹਦੇ ਵਿੱਚੋਂ ਸਿੱਖਾਂ ਨੂੰ ਨਖੇੜਿਆ ਜਾ ਸਕੇ ਅਤੇ ਉਹਨਾਂ ਨੂੰ ਨਖੇੜ ਕੇ ਸਿੱਧੇ ਨਿਸ਼ਾਨੇ ਦੇ ਉੱਪਰ ਲਿਆ ਜਾ ਸਕੇ। ਸੋ ਇਹ ਸਾਰਾ ਅਮਲ ਜਿਹੜਾ ਆ ਹੁਣ ਜਿੰਨੀਆਂ ਬਿਆਨੀਆਂ ਸਾਹਮਣੇ ਆਈਆਂ ਨੇ, ਜਿਸ ਤਰ੍ਹਾਂ ਬੀ ਡੀ ਪਾਂਡੇ ਦੀ ਕਿਤਾਬ, ਜਿਹੜਾ ਉਸ ਸਮੇਂ ਪੰਜਾਬ ਦਾ ਗਵਰਨਰ ਸੀਗਾ, ਉਹਨੇ ਆਪਣੀ ਕਿਤਾਬ ਦੇ ਵਿੱਚ ਵੀ ਇਹ ਗੱਲ ਦਰਜ ਕੀਤੀ ਕਿ ਸਮਝੌਤਾ ਲਗਭਗ ਤੈਅ ਹੋ ਚੁੱਕਿਆ ਸੀਗਾ। ਜਿਹੜਾ ਅਕਾਲੀ ਦਲ ਦਾ ਮੋਰਚਾ ਚੱਲ ਰਿਹਾ ਸੀ, ਧਰਮ ਯੁੱਧ ਮੋਰਚਾ, ਉਹਦੇ ਵਿੱਚ ਸਮਝੌਤਾ ਤੈਅ ਹੋ ਚੁੱਕਿਆ ਸੀ, ਉਹਦੇ ਬਾਵਜੂਦ ਉਹਨੂੰ ਸਿਰੇ ਨਹੀਂ ਚੜਾਇਆ ਗਿਆ। ਸੋ ਉਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਸਪਸ਼ਟ ਹੁੰਦੀਆਂ, ਅਸਲ ਦੇ ਵਿੱਚ ਉਹ ਸਮਝੌਤਾ ਕਰਨਾ ਹੀ ਨਹੀਂ ਸੀ ਚਾਹੁੰਦੇ। ਉਹ ਗੱਲਬਾਤ ਦੇ ਵਿੱਚ ਲਗਾਤਾਰ ਪਾ ਕੇ ਇਹ ਕਿਸ ਤਰ੍ਹਾਂ ਦਾ ਘਸਾਈ ਦਾ ਪ੍ਰੋਸੈਸ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਸੀ ਕਿ ਜਿਹਦੇ ਵਿੱਚੋਂ ਸਿੱਖਾਂ ਨੂੰ, ਪੂਰੇ ਇੰਡੀਆ ਨੂੰ ਇਹ ਦਿਖਾਇਆ ਜਾ ਸਕੇ ਕਿ ਸਿੱਖ ਬਹੁਤ ਵੱਡਾ ਖਤਰਾ ਬਣ ਚੁੱਕੇ ਆ, ਇਹਨਾਂ ਨੂੰ ਹੁਣ ਨਾ ਦਬਾਇਆ ਗਿਆ ਤੇ ਬਿਲਕੁਲ ਫਿਰ ਬੇਕਾਬੂ ਹੋ ਜਾਣਗੇ। ਸੋ ਇਸ ਤਰ੍ਹਾਂ ਦੇ ਹਾਲਾਤ ਉਸ ਸਮੇਂ ਮਿੱਥ ਕੇ ਬਣਾਏ ਗਏ ਜਿਹਦੇ ਵਿੱਚੋਂ ਇਹ ਹਮਲਾ ਨਿਕਲ ਕੇ ਸਾਹਮਣੇ ਆਇਆ। ਪਰ ਇੱਕ ਗੱਲ ਇਹ ਸਦਾ ਹੀ ਕਹੀ ਜਾਂਦੀ ਹੈ ਜੰਗ ਦੇ ਮਾਮਲੇ ਦੇ ਵਿੱਚ, ਕਿ ਇਹਨੂੰ ਸ਼ੁਰੂ ਕਰਨਾ ਤੁਹਾਡੇ ਹੱਥ ਦੇ ਵਿੱਚ ਹੁੰਦਾ, ਇਹ ਫਿਰ ਅੱਗੇ ਕੀ ਰੁੱਖ ਇਹਨੇ ਲੈ ਜਾਣਾ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਹੁੰਦਾ। ਸੋ ਸਭ ਤੋਂ ਵੱਡੀ ਜਿਹੜੀ ਗੱਲ ਵਾਪਰੀ, ਜਿਹੜੀ ਬਿਲਕੁਲ ਸਟੇਟ ਦੇ ਵਾਸਤੇ ਅਣਕਿਆਸੀ ਸੀ, ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਨਹੀਂ ਸੀ ਸੋਚਿਆ ਕਿ ਇੰਨੀ ਛੋਟੀ ਗਿਣਤੀ ਦੇ ਵਿੱਚ ਅਨਟ੍ਰੇਨਡ ਲੋਕ ਜਿਹੜੇ ਨੇ ਉਹ ਇੰਨੀ ਇੱਕ ਟ੍ਰੇਨਿੰਗ ਯਾਫਤਾ ਫੌਜ ਨੂੰ ਇੰਨੀ ਵੱਡੀ ਟੱਕਰ ਦੇ ਸਕਦੇ ਆ। ਇੱਕ ਇਸ ਤਰ੍ਹਾਂ ਦਾ ਕੰਪਲੈਕਸ ਜਿਹਦੇ ਵਿੱਚ ਤੁਸੀਂ ਬਿਲਕੁਲ ਘਿਰੇ ਹੋਏ ਹੋ,
ਦੂਜੇ ਪਾਸੇ ਬਿਲਕੁਲ ਟ੍ਰੇਨਿੰਗ ਪ੍ਰਾਪਤ ਜਿਹੜੇ ਫੌਜੀ ਨੇ ਉਹ ਨੇ, ਫਿਰ ਵੱਡੇ ਹਥਿਆਰ, ਮਾਰੂ ਹਥਿਆਰ, ਟੈਂਕ, ਬਖਤਰਬੰਦ ਗੱਡੀਆਂ ਉਹ ਮੌਜੂਦ ਨੇ, ਫਿਰ ਬਿਲਕੁਲ ਜ਼ਮੀਨ ਦੇ ਉੱਪਰ ਜਿਹੜੇ ਵੱਡੇ ਜਨਰਲ ਨੇ ਉਹ ਅਗਵਾਈ ਦੇ ਰਹੇ ਨੇ, ਉਹਨਾਂ ਤੋਂ ਇਲਾਵਾ ਹੌਟਲਾਈਨ ਦੇ ਉੱਪਰ ਜਿਹੜੇ ਹੋਰ ਐਕਸਪਰਟ ਨੇ ਉਹ ਸ਼ਾਮਿਲ ਨੇ, ਉਹਨਾਂ ਤੋਂ ਇਲਾਵਾ ਜਿਹੜੀ ਇੱਕ ਗੱਲ ਦਾ ਜ਼ਿਕਰ ਵੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਇੰਗਲੈਂਡ ਨੇ ਆਪਣੇ ਕੁਝ ਡਾਕੂਮੈਂਟ ਡੀਕਲਾਸੀਫਾਈ ਕੀਤੇ 2014 ਦੇ ਵਿੱਚ, ਉਹ ਡਾਕੂਮੈਂਟ ਸਾਨੂੰ ਵੀ ਮਿਲੇ ਅਤੇ ਅਸੀਂ ਉਹ ਡਾਕੂਮੈਂਟ ਜਿਹੜੇ ਸੀਗੇ ਉਹ ਸਿੱਖ ਸਿਆਸਤ ਦੇ ਉੱਪਰ ਵੀ ਨਸ਼ਰ ਕੀਤੇ। ਉਹਨਾਂ ਦੇ ਵਿੱਚੋਂ ਵੀ ਇਹ ਗੱਲ ਸਾਹਮਣੇ ਆਈ ਕਿ MI6 ਜਿਹੜੀ ਇੰਡੀਆ ਦੀ ਜਿਹੜੀ ਬਰਤਾਨੀਆ ਦੀ ਐਕਸਟਰਨਲ ਇੰਟੈਲੀਜੈਂਸ ਦੀ ਏਜੰਸੀ ਹੈ, ਉਹਦੇ 2 ਆਫਿਸਰ ਪੰਜਾਬ ਦੇ ਵਿੱਚ ਆਏ, ਅੰਮ੍ਰਿਤਸਰ ਗਏ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੰਡੀਆ ਦੀ ਸਰਕਾਰ ਨੂੰ ਅਤੇ ਇੱਥੋਂ ਦੀਆਂ ਏਜੰਸੀਆਂ, ਫੌਜ ਨੂੰ ਸਲਾਹ ਦਿੱਤੀ, ਆਪਦੀ ਐਕਸਪਰਟ ਐਡਵਾਈਸ ਦਿੱਤੀ, ਇਸ ਤਰੀਕੇ ਦੇ ਨਾਲ ਜਿਹੜਾ ਹਮਲਾ ਹੈ ਉਹ ਕੀਤਾ ਜਾ ਸਕਦਾ। ਸੋ ਇੰਨੇ ਵਿਆਪਕ ਤਿਆਰੀ ਤੋਂ ਬਾਅਦ, ਇੰਨੀ ਜ਼ਿਆਦਾ ਵਿਆਪਕ ਤਿਆਰੀ ਤੋਂ ਬਾਅਦ ਅਤੇ ਇਸ ਤਰ੍ਹਾਂ ਦੇ ਵੱਡੇ ਤਾਮ ਝਾਮ ਦੇ ਬਾਵਜੂਦ, ਜਿਸ ਤਰ੍ਹਾਂ ਉਹਨਾਂ ਨੇ ਸੋਚਿਆ ਸੀਗਾ ਪਹਿਲੇ ਕਦਮ ਤੋਂ ਹੀ, ਉਸ ਤਰ੍ਹਾਂ ਨਹੀਂ ਵਾਪਰਿਆ। ਜਿਸ ਤਰੀਕੇ ਦੇ ਨਾਲ ਉਹਨਾਂ ਜੁਝਾਰੂਆਂ ਨੇ ਆਪਣੀ ਅੰਦਰੂਨੀ ਵਿਉਂਤਬੰਦੀ ਕੀਤੀ ਅਤੇ ਜਿਸ ਤਰੀਕੇ ਦਾ ਜੰਗ ਉਹਨਾਂ ਨੇ ਉੱਥੇ ਲੜਿਆ, ਉਹ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ, ਜਿਹਦੀ ਤਾਰੀਫ ਦੁਸ਼ਮਣ ਦੇ ਮੂੰਹੋਂ ਵੀ ਤੁਹਾਨੂੰ ਸੁਣਨ ਨੂੰ ਮਿਲੀ। ਇੰਡੀਆ ਦੀ ਫੌਜ ਦੇ ਜਿਹੜੇ ਵੱਡੇ ਜਨਰਲ ਸੀਗੇ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਕਿ ਜੇ ਇਸ ਤਰ੍ਹਾਂ ਦੇ 94 ਬੰਦੇ ਸਾਡੇ ਕੋਲ ਹੋਣ, ਜੇ ਇਸ ਤਰ੍ਹਾਂ ਦੀ ਜੰਗ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹਨਾਂ ਦੇ ਬਿਲਕੁਲ ਸੰਗੀ 94 ਜੁਝਾਰੂਆਂ ਨੇ ਦਿੱਤੀ ਬਹੁਤ ਛੋਟੇ ਹਥਿਆਰਾਂ ਦੇ ਨਾਲ, ਅਤੇ ਬਿਲਕੁਲ ਇੱਕ ਅਸਾਮੀ ਜੰਗ ਜਿਹੜੀ ਸੀਗੀ ਉਹਨੂੰ ਬਿਲਕੁਲ ਮੁਕਾਬਲੇ ਦੀ ਜੰਗ ਬਣਾ ਕੇ ਅਤੇ ਵੱਡੀਆਂ ਸ਼ਹਾਦਤਾਂ ਦੇ ਰੁਤਬੇ ਹਾਸਲ ਕੀਤੇ ਕਿ ਜੇ ਇਸ ਤਰ੍ਹਾਂ ਦੇ ਜੁਝਾਰੂ ਸਾਡੇ ਕੋਲ ਹੋਣ, ਇਸ ਤਰ੍ਹਾਂ ਦੇ ਲੜਾਕੇ ਹੋਣ, ਤਾਂ ਦੁਨੀਆ ਦੀ ਕਿਸੇ ਵੀ ਫੌਜ ਨੂੰ ਟੱਕਰ ਦਿੱਤੀ ਜਾ ਸਕਦੀ ਹੈ। ਸੋ ਇਹ ਉਹ ਦੁਸ਼ਮਣਾਂ ਦੇ ਮੂੰਹੋਂ ਵੀ ਇਸ ਤਰ੍ਹਾਂ ਦੀ ਤਾਰੀਫ ਦੇਖਣ ਨੂੰ ਮਿਲੀ। ਇਹਦੇ ਤੋਂ ਇੱਕ ਗੱਲ ਸਾਹਮਣੇ ਆਈ ਕਿ ਅਸਲ ਦੇ ਵਿੱਚ ਖਾਲਸੇ ਦੇ ਕਿਰਦਾਰ ਦੀ ਬੁਲੰਦੀ ਜਿਹੜੀ ਸੀਗੀ ਉਹ ਬੜੇ ਵੱਡੇ ਵਿਆਪਕ ਪੱਧਰ ਦੇ ਉੱਪਰ ਸਾਹਮਣੇ ਆਈ, ਅਤੇ ਜਿਹਦੇ ਵਿੱਚੋਂ ਅੱਗੇ ਜੋ ਅਗਲੇ ਇੱਕ ਦਹਾਕੇ ਦੇ ਦੌਰਾਨ ਵਾਪਰਿਆ ਉਹ ਵੀ ਕਿਸੇ ਤਰੀਕੇ ਦੇ ਨਾਲ ਸਰਕਾਰ ਦੀ ਕਿਸੇ ਗਿਣਤੀ ਮਿਣਤੀ ਜਾਂ ਉਸ ਤਰੀਕੇ ਨਾਲ ਨਹੀਂ ਸੀਗਾ ਜਿੰਨੇ ਉਹਨਾਂ ਨੇ ਕਾਬੂ ਕਰਨ ਦੇ ਤਰੀਕੇ ਵਰਤੇ। ਸੋ ਅੱਜ ਜਿਸ ਸਥਿਤੀ ਦੇ ਵਿੱਚ ਅਸੀਂ ਹੈਗੇ ਹਾਂ ਉਹਦੇ ਵਿੱਚ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਦੇਖਣਾ ਬਣਦਾ ਆ ਕਿ ਜਿਹੜੀਆਂ ਸਾਡੇ ਵਾਸਤੇ ਮਾਣ ਵਾਲੀਆਂ ਗੱਲਾਂ ਸੀ ਕੀ ਅੱਜ ਉਹ 40 ਸਾਲ ਬਾਅਦ ਸਾਡੇ ਲਈ ਮਾਣ ਵਾਲੀਆਂ ਗੱਲਾਂ ਹਨ। ਬਹੁਤਾਤ ਪਿਛਲੇ ਸਮੇਂ ਦੇ ਦੌਰਾਨ ਸਿੱਖਾਂ ਦੇ ਵੱਲੋਂ, ਖਾਸ ਕਰਕੇ ਸਾਡੇ ਜਿਹੜੇ ਵੋਟ ਰਾਜਨੀਤੀ ਵਾਲੇ ਹਿੱਸੇ ਸੀਗੇ ਉਹਨਾਂ ਦੇ ਵੱਲੋਂ ਇੱਕ ਵਿਕਟਮਹੁੱਡ ਨਰੇਟਿਵ ਚਲਾਇਆ ਗਿਆ, ਇਨਸਾਫ਼ ਦੀ ਦੁਹਾਈ ਦਿੱਤੀ ਗਈ ਕਿ ਇਨਸਾਫ਼ ਨਹੀਂ ਮਿਲਿਆ ਦਰਬਾਰ ਸਾਹਿਬ 'ਤੇ ਹਮਲੇ ਦਾ, ਇਨਸਾਫ਼ ਨਹੀਂ ਮਿਲਿਆ। ਜੋ ਖਾਲਸਾ ਜੀ ਦੀ ਰਵਾਇਤ ਸੀਗੀ ਉਹਦੇ ਮੁਤਾਬਕ ਜਿੰਨੀ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਜੁਝਾਰੂਆਂ ਨੇ ਜੋ ਦੋਸ਼ੀਆਂ ਦੇ ਨਾਲ ਇਨਸਾਫ਼ ਕਰਨਾ ਬਣਦਾ ਸੀ ਉਹ ਕੀਤਾ, ਅਤੇ ਉਹ ਸਾਡੇ ਵਾਸਤੇ ਮਾਣ ਦਾ ਸਵੱਬ ਹੋਣਾ ਚਾਹੀਦਾ। ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਦੇਖੀਏ ਤਾਂ ਆਪਾਂ ਨੂੰ ਇਸੇ ਨੁਕਤੇ ਨੂੰ ਹੀ ਤੋਂ ਹੀ ਹਰ ਇੱਕ ਘਟਨਾਕ੍ਰਮ ਨੂੰ ਦੇਖਣਾ ਚਾਹੀਦਾ। ਮੈਂ ਬਿਲਕੁਲ ਆਖਰੀ ਨੁਕਤਾ ਕਹਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ, ਕਿ ਪਿਛਲੇ ਸਮੇਂ ਦੇ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਫ਼ ਦੇ ਲਈ ਕਿੰਨੀ ਗੁਹਾਰ, ਕਿੰਨੀ ਸਰਗਰਮੀ, ਕਿੰਨੀ ਹਾਲ ਪਾ ਰਿਹਾ ਪਿਛਲੇ ਸਮੇਂ ਦੇ ਦੌਰਾਨ
ਸਾਡੇ ਵੱਲੋਂ, ਖਾਸ ਕਰਕੇ ਜਿਹੜੇ ਸਾਡੇ ਵੋਟ ਰਾਜਨੀਤੀ ਦੇ ਵਿੱਚ ਰੁਚੀ ਰੱਖਣ ਵਾਲੇ ਹਿੱਸੇ ਹੈਗੇ ਉਹਨਾਂ ਦੇ ਵੱਲੋਂ ਕੀਤੀ ਗਈ। ਬੇਅਦਬੀ ਕਰਨ ਵਾਲੇ ਪ੍ਰਮੁੱਖ ਦੋਸ਼ੀ ਸੀਗੇ, ਉਹਨਾਂ ਨੂੰ ਗੁਰੂ ਕੇ ਲਾਲਾਂ ਨੇ ਖਾਲਸਾ ਪੰਥ ਦੀ ਰਵਾਇਤ ਦੇ ਮੁਤਾਬਕ ਜੋ ਉਹਨਾਂ ਦੇ ਨਾਲ ਨਿਆਂ ਕਰਨਾ ਬਣਦਾ ਸੀ ਉਹ ਕਰ ਦਿੱਤਾ। ਜਿਹੜੇ ਵਿਅਕਤੀ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਮਹਾਰਾਜ ਦਾ ਸਰੂਪ ਚੋਰੀ ਕਰਵਾਇਆ ਉਹਨੂੰ ਸਿੰਘਾਂ ਨੇ ਸੋਧਾ ਲਾਇਆ। ਮਹਿੰਦਰਪਾਲ ਬਿੱਟੂ ਜਿਹੜਾ ਪ੍ਰਮੁੱਖ ਬੇਅਦਬੀਆਂ ਦਾ ਕਰਤਾ ਧਰਤਾ ਸੀਗਾ ਉਹਨੂੰ ਸੋਧਾ ਲਾਇਆ। ਉਸ ਤੋਂ ਇਲਾਵਾ ਹੋਰ ਕਿੰਨੇ ਨੇ ਜਿਨ੍ਹਾਂ ਦੇ ਨਾਲ ਜੋ ਬਣਦਾ ਨਿਆਂ ਸੀ ਉਹ ਕੀਤਾ ਗਿਆ। ਸੋ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈਗੀ ਕਿ ਅਸੀਂ ਅੱਜ ਜਿਸ ਸਥਿਤੀ ਦੇ ਵਿੱਚ ਹੈਗੇ ਹਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਸਾਡੀ ਜਿਹੜੀ ਰਵਾਇਤ ਆ ਉਹ ਸਾਨੂੰ ਕੀ ਕਿਸ ਪਾਸੇ ਨੂੰ ਚੱਲਣ ਨੂੰ ਦਰਸਾਉਂਦੀ ਹੈ, ਅਤੇ ਉਹਦੇ ਉੱਪਰ ਚੱਲਦਿਆਂ ਹੋਇਆਂ ਜੋ ਪੂਰਨੇ ਸਾਡੇ ਯੋਧਿਆਂ ਦੇ ਵੱਲੋਂ ਸਾਡੇ ਸ਼ਹੀਦਾਂ ਦੇ ਵੱਲੋਂ ਪਾਏ ਗਏ ਆ ਉਹਨਾਂ ਦੇ ਉੱਪਰ ਮਾਣ ਕਰਨਾ ਚਾਹੀਦਾ। ਜ਼ਿੰਦਗੀ ਜਿਹੜੀ ਆ ਇਹ ਕਿਸੇ ਦੀ ਵੀ ਸਦੀਵੀ ਨਹੀਂ ਹੈਗੀ, ਕਿਸੇ ਦੀ ਵੀ ਨਹੀਂ ਹੈਗੀ, ਆਪਣੀ ਵੀ ਨਹੀਂ ਹੈ। ਸੋ ਅਸਲ ਜ਼ਿੰਦਗੀ ਜਿਸ ਤਰ੍ਹਾਂ ਪਹਿਲੋਂ ਜ਼ਿਕਰ ਹੋਇਆ ਕਿ ਗੁਰੂ ਦੇ ਦਰਸਾਏ ਰਸਤੇ ਦੇ ਉੱਪਰ ਚੱਲਦਿਆਂ ਹੋਇਆ ਜਿਹੜੀ ਜ਼ਿੰਦਗੀ ਲੇਖੇ ਲੱਗ ਜਾਵੇ ਉਹੀ ਸਭ ਤੋਂ ਉੱਤਮ ਹੈ। ਬਾਕੀਆਂ ਦਾ ਇਹ ਫਰਜ਼ ਬਣਦਾ ਆ ਕਿ ਜਿਹੜੇ ਗੁਰੂ ਦੇ ਲੇਖੇ ਲੱਗ ਗਏ ਆਪਾਂ ਉਹਨਾਂ ਨੂੰ ਯਾਦ ਕਰੀਏ ਅਤੇ ਇਹ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਲਾਤ ਇੱਥੇ ਬਣ ਰਹੇ ਹੈ ਉਹਦੇ ਵਾਸਤੇ ਸਾਨੂੰ ਵਾਰ ਵਾਰ 84 ਦਾ ਜਿਹੜਾ ਘਟਨਾ ਕ੍ਰਮ ਹੈ ਇਹਨੂੰ ਪੜਚੋਲਣਾ ਪੈਣਾ, ਇਹਦੇ ਬਹੁਤ ਸਾਰੇ ਪੱਖਾਂ ਨੂੰ ਉਜਾਗਰ ਕਰਨਾ ਪੈਣਾ। ਆਪਣੀ ਸੀਮਤ ਬੁੱਧੀ ਦੇ ਮੁਤਾਬਕ ਕੁਛ ਪੱਖ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ। ਕਿਸੇ ਵੀ ਤਰੀਕੇ ਦੇ ਨਾਲ ਇਹ ਗੱਲਾਂ ਜਾਂ ਇਹ ਵਿਸ਼ਲੇਸ਼ਣ ਮੁਕੰਮਲ ਨਹੀਂ ਹੈਗਾ ਅਤੇ ਨਾ ਹੀ ਇਹ ਕਦੀ ਮੁਕੰਮਲ ਹੋਣਾ ਆ। ਇਹਨੂੰ ਸਿੱਖਾਂ ਨੇ ਸਦਾ ਹੀ ਵਾਰ ਵਾਰ ਹੰਘਾਲਣਾ, ਇਹਦੇ ਵਿੱਚੋਂ ਆਪਣੇ ਭਵਿੱਖ ਦੀ ਸੇਧ ਮਿੱਥਣ ਦੇ ਵਾਸਤੇ ਜੋ ਮੌਕੇ ਦੇ ਹਾਲਾਤ ਹੋਣਗੇ ਉਹਦੇ ਨਾਲ ਜੋੜ ਕੇ ਆਪਦੇ ਭਵਿੱਖ ਦੇ ਰਸਤੇ ਜਿਹੜੇ ਆ ਉਹ ਇਹ ਗੱਲ ਬੁੱਝਣ ਦੀ ਕੋਸ਼ਿਸ਼ ਕਰਨੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਕੀ ਵਾਪਰਿਆ ਸੀ, ਉਹਦੇ ਕਿਹੜੇ ਨਕਸ਼ ਉੱਭਰੇ ਸੀ, ਅੱਜ ਦੇ ਸਮੇਂ ਦੇ ਵਿੱਚ ਉਹ ਕਿਵੇਂ ਪ੍ਰਗਟ ਹੋ ਸਕਦੇ ਆ, ਅਸੀਂ ਆਪਣਾ ਪੱਖ ਕਿਵੇਂ ਮਜ਼ਬੂਤ ਕਰਨਾ ਆ ਅਤੇ ਦੁਸ਼ਮਣ ਦੇ ਵਾਰ ਤੋਂ ਕਿਸ ਤਰੀਕੇ ਦੇ ਨਾਲ ਬਚਾਅ ਕਰਨਾ, ਇਹਦੇ ਵਾਸਤੇ ਨਿਰੰਤਰ ਜਿਹੜੀ ਵਿਚਾਰਕ ਕਸ਼ਮਕਸ਼ ਆ ਉਹ ਜਾਰੀ ਰਹਿਣੀ ਹੈ। ਇੰਨਾ ਕੁਝ ਕਹਿੰਦਿਆਂ ਹੋਇਆਂ ਕੁਝ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਮੈਂ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਨਾਲ ਪਿਆਰ। ਮੈਗਰੇਗਰ ਲਿਖਦਾ ਕਿ ਮਹਾਰਾਜਾ ਆਪਣੀ ਪਰਜਾ ਨਾਲ ਬੜੇ ਪਿਆਰ ਨਾਲ ਵਰਤਦਾ ਸੀ। ਉਹ ਅਕਸਰ ਤਰਸ ਤੇ ਖਿਮਾ ਤੋਂ ਹੀ ਕੰਮ ਲੈਂਦਾ ਸੀ। ਚੰਗੇ ਵਰਤਾਵ ਤੇ ਰਹਿਮ ਦਿਲੀ ਵਿੱਚ ਉਹ ਨਿਰਸੰਦੇ ਇਸ ਮੁਲਕ ਵਿੱਚ ਹੋ ਗੁਜ਼ਰੇ ਸਾਰਿਆਂ ਬਾਦਸ਼ਾਹਾਂ ਵਿੱਚੋਂ ਮੋਹਰੀ ਸੀ। ਉਹ ਬਿਨਾਂ ਕਿਸੇ ਭਾਰੀ ਸੰਗੀਨ ਅਪਰਾਧ ਦੇ ਕਿਸੇ ਨੂੰ ਸਖ਼ਤ ਸਜ਼ਾ ਨਹੀਂ ਸੀ ਦਿੰਦਾ, ਨਾ ਹੀ ਕਿਸੇ ਦੀ ਜਾਨ ਨਾਹਕ ਗਵਾਉਂਦਾ ਅਤੇ ਨਾ ਹੀ ਕਿਸੇ ਨੂੰ ਅੰਗਹੀਨ ਕਰਵਾਉਂਦਾ। ਇਸ ਦੇ ਅੱਗੇ ਮੁਹੰਮਦ ਲਤੀਫ ਲਿਖਦਾ ਕਿ ਇਸ ਗੱਲ ਵਿੱਚ ਵੀ ਅਸੀਂ ਮੈਗਰੇਗਰ ਨਾਲ ਸਹਿਮਤੀ ਰੱਖਦੇ ਹਾਂ ਕਿ ਕਿਸੇ ਵੀ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕਲੜਾਈ, ਬਰਿਆਈ ਅਤੇ ਜ਼ੁਲਮ ਦੀ ਕੋਈ ਨਜ਼ੀਰ ਨਹੀਂ ਪੜੀ। ਅਸਾਂ ਕਦੀ ਨਹੀਂ ਸੁਣਿਆ ਕਿ ਉਸਨੇ ਕਿਸੇ ਦੀਆਂ ਅੱਖਾਂ ਕਢਵਾ ਸੁੱਟੀਆਂ ਹੋਣ ਜਾਂ ਕਿਸੇ ਦੇ ਅੰਗ ਭੰਗ ਕੀਤੇ ਹੋਣ ਜਾਂ ਕਿਸੇ ਨੂੰ ਤਸੀਹੇ ਦੇ ਕੇ ਹੱਤਿਆ ਕੀਤੀ ਹੋਵੇ। ਕਈ ਵਾਰੀ ਇਸ ਦੇ ਵੈਰੀ ਵੀ ਜਦ ਇਸ ਦੇ ਸਾਹਮਣੇ ਪੇਸ਼ ਹੁੰਦੇ ਤਾਂ ਇਹ ਵਧੇਰੇ ਮਾਫ਼ੀ ਤੋਂ ਹੀ ਕੰਮ ਲੈਂਦਾ ਸੀ। ਸੁਲਤਾਨ ਖਾਨ ਵਾਲੀਏ ਭਿੰਬਰ ਦੀਆਂ ਸ਼ਰਾਰਤਾਂ ਦੀਆਂ ਖ਼ਬਰਾਂ ਮਹਾਰਾਜੇ ਨੂੰ ਆਮ ਪਹੁੰਚਦੀਆਂ ਸਨ ਕਿ ਉਹ ਕਸ਼ਮੀਰ ਦੇ ਇਲਾਕੇ ਵਿੱਚ ਖਰੂਦ ਮਚਾਉਂਦਾ ਰਹਿੰਦਾ। ਜਦ ਇਹ ਪਹਿਲੀ ਵਾਰੀ ਪਕੜਿਆ ਹੋਇਆ ਆਇਆ ਅਤੇ ਮਹਾਰਾਜੇ ਦੇ ਪੇਸ਼ ਕੀਤਾ ਗਿਆ ਤਾਂ ਆਮ ਲੋਕਾਂ ਦਾ ਖਿਆਲ ਸੀ ਕਿ ਇਸ ਨੂੰ ਤੋਪ ਅੱਗੇ ਉਡਾਇਆ ਜਾਏਗਾ,
ਪਰ ਇਹ ਵੇਖ ਕੇ ਲੋਕਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਜਦ ਮਹਾਰਾਜੇ ਨੇ ਉਸਦੇ ਪੈਰਾਂ ਤੋਂ ਬੇੜੀਆਂ ਕੱਟ ਸੁੱਟਣ ਦਾ ਹੁਕਮ ਦਿੱਤਾ। ਇਹ ਜਦ ਮਹਾਰਾਜੇ ਦੇ ਸਾਹਮਣੇ ਆਪਣੇ ਕੀਤੇ ਤੇ ਪਛਤਾਇਆ ਤੇ ਹਜ਼ੂਰ ਜੀ ਨੇ ਉਸ ਨੂੰ ਉਸੇ ਵੇਲੇ ਬਖਸ਼ ਦਿੱਤਾ। ਇਸ ਤਰ੍ਹਾਂ ਦੀਆਂ ਅਣਗਿਣਤ ਨਜ਼ੀਰਾਂ ਮੌਜੂਦ ਨੇ। ਗੱਲ ਕੀ ਮਹਾਰਾਜਾ ਕਰੜਾਈ ਦੀ ਥਾਂ ਬਖਸ਼ਿਸ਼ ਦੇ ਭਾਰ ਹੇਠ ਦੋਸ਼ੀਆਂ ਨੂੰ ਇੰਨਾ ਦੱਬ ਦਿੰਦਾ ਸੀ ਜਿਸ ਦੇ ਅਸਰ ਨਾਲ ਅਪਰਾਧੀ ਸੁੱਤੇ ਸਿੱਧੇ ਹੀ ਅੱਗੇ ਨੂੰ ਸੁਧਰ ਜਾਂਦੇ ਸਨ। ਮਿਸਟਰ ਐਚ ਈ ਫੈਨ ਸਰ ਹੈਨਰੀ ਫੇਨ ਕਮਾਂਡਰ ਇਨ ਚੀਫ ਦਾ ਪ੍ਰਾਈਵੇਟ ਸਕੱਤਰ ਸੀ। ਇਸ ਨੇ ਕਵਰ ਨੌਨਿਹਾਲ ਸਿੰਘ ਦੇ ਵਿਆਹ ਉੱਤੇ ਲਾਹੌਰ ਆ ਕੇ ਮਹਾਰਾਜੇ ਦੀ ਆਪਣੀ ਪਰਜਾ ਨਾਲ ਵਰਤਾਵ ਆਪਣੇ ਅੱਖੀਂ ਵੇਖ ਜੋ ਕੁਝ ਲਿਖਿਆ ਸੀ ਉਹ ਇਸ ਤਰ੍ਹਾਂ ਸੀ। ਰਣਜੀਤ ਸਿੰਘ ਨੂੰ ਉਸ ਦੀ ਪਰਜਾ ਬੜਾ ਖੁੱਲ੍ਹ ਦਿਲਾ ਬਾਦਸ਼ਾਹ ਮੰਨਦੀ ਹੈ ਅਤੇ ਸਾਰੇ ਹੋ ਗੁਜ਼ਰੇ ਹਿੰਦੁਸਤਾਨ ਦੇ ਬਾਦਸ਼ਾਹਾਂ ਵਿੱਚੋਂ ਉਸ ਨੂੰ ਵਧੇਰੇ ਪਿਆਰ ਦੀ ਤੇ ਬਹੁਤ ਹੀ ਚੰਗਾ ਹੁਕਮਰਾਨ ਜਾਣਦੀ ਹੈ। ਇਸ ਗੱਲ ਦਾ ਬਥੇਰਾ ਸਬੂਤ ਮੌਜੂਦ ਹੈ ਕਿ ਉਹ ਚੰਗਾ ਤੇ ਹਰਮਨ ਪਿਆਰਾ ਹੁਕਮਰਾਨ ਹੈ। ਉਸ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਸਨ ਸਗੋਂ ਨਿੱਕੇ ਨਿੱਕੇ ਮੁੰਡੇ ਵੀ ਦਿਲੋਂ ਆਪਣਾ ਕਿਰਪਾਲੂ ਬਾਦਸ਼ਾਹ ਜਾਣਦੇ ਸਨ।